ਪੁਆਇੰਟ ਜੁੜ ਗਈ ਹੈ। ਬਿੱਲਾ ਚੌਲ ਲੰਗਲ ਵਾਲਾ ਅਗਲੀ ਵੇਲ ਪਾਉਂਦਾ ਬਟਾਲੇ ਦੇ ਲਾਗੇ ਗੱਭਰੂ ਦਾ ਚੌਲ ਲੰਗਲ ਪੈਂਦਾ ਉਧਰ ਕਰਨਾ ਧੱਲੇ ਕੇ ਵਾਲਾ ਖਾਲਸਾ ਮਾਝਾ ਦੇ ਲਈ ਪੁਆਇੰਟ ਜੋੜਿਆ ਜਿਹਨੂੰ ਸਪੋਂਸਰ ਕਰਦੇ ਆ ਸਰਦਾਰ ਇਖਤਿਆਰ ਸਿੰਘ ਜੀ ਗੋਪਾ ਰਾਏ ਸੰਦੀਪ ਗੁਰਦਾਸਪੁਰ ਸੰਦੀਪ ਪੱਲ ਸੰਤ ਬਾਬਾ ਗੁਪਾਲ ਸਿੰਘ ਜੀ ਬੱਲਾ ਵਾਲੀ ਇੱਧਰ ਨਰਵੈਰ ਭੋਨੀ ਦੀ ਅਗਲੀ ਕਬੱਡੀ ਹੈ। ਕਹਿੰਦੇ ਨੇ ਕਿ ਸ਼ੰਕਰਾਪੁਰੀ ਅਮਿਤ ਸ਼ਾਹ ਦੀ ਟੀਮ ਨੂੰ ਸਪੋਂਸਰ ਕਰਦੇ ਹੈ ਲਾਡੀ ਭੰਡੇਰ ਹੋਣੀ ਮਿੱਠੂ ਬਰਾੜ ਹੋਣੀ ਗੁਰਮੀਤ ਮੰਡ ਹੋਣੀ ਜਿਹੜੇ ਸਾਰੇ ਕਨੇਡਾ ਤੋਂ ਨੇ ਵੱਡੀ ਸੋਨੀ ਘੁੰਨਸ ਅਗਲੀ ਰੇਡ ਪਾਉਂਦਾ ਬੰਦੂਕ ਤੋਂ ਵੀ ਦੁਨੀਆ ਡਰਦੀ ਹੈ ਸ਼ਮਸ਼ੀਰ ਤੋਂ ਵੀ ਦੁਨੀਆ ਡਰਦੀ ਹੈ ਸੂਰਮਾ ਬੇਸ਼ੱਕ ਜੱਗ ਤੋਂ ਚਲੇ ਜਾਵੇ ਉਹਦੀ ਤਸਵੀਰ ਤੋਂ ਵੀ ਦੁਨੀਆ ਡਰਦੀ ਹੈ ਦੁੱਧ ਮੱਖਣਾ ਵਾਲਾ ਜੋ ਪੜਿਆ ਹੋਵੇ ਤਕੜੇ ਸਰੀਰ ਤੋਂ ਵੀ ਦੁਨੀਆ ਡਰਦੀ ਹੈ ਉਧਰ ਪੱਟੀ ਹੋਈ ਖੁੱਜ ਨੌਜਵਾਨ ਨੇ ਪਾਈ ਆ ਪੁੱਠੀ ਕੈਂਚੀ ਬੀਤਦਾ ਹੋਇਆ ਸਮਾਂ ਪੁਆਇੰਟ ਗੁਰਸੇਵਕ ਪੁੱਟਰ ਪੱਟਰ ਅਗਲੀ ਕਬੱਡੀ ਪਾਉਣ ਦੇ ਲਈ ਬਿੱਲਾ ਜੌਲ ਸਾਹਮਣੇ ਨੌਜਵਾਨ ਜਗਤਾਰ ਟਰੋਲੀ ਭਾਈ ਵਾਲਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਟਰੋਲੀ ਭਾਈ ਦੀ ਧਰਤੀ ਉੱਥੋਂ ਦਾ ਗੱਭਰੂ ਜੱਫਾ ਲਾਉਣ ਦਾ ਯਤਨ ਕਰਦਾ ਪਰ ਮੋਹਰੇ ਬਿੱਲਾ ਚੌਲ ਲੰਗਲ ਪੁਆਇੰਟ ਕਾਫੀ ਦੇ ਖਾਤੇ ਦੇ ਵਿੱਚ ਜਗਤਾਰ ਧਨੌਲੇ ਨੇ ਫੈਸਲਾ ਦੇ ਦਿੱਤਾ ਹੈ ਇਤਿਹਾਸ ਦੇ ਵਿੱਚ ਵੱਡਾ ਨਾਮ ਹੈ ਜਗਤਾਰ ਦਾ ਕਬੱਡੀ ਦੇ ਇਤਿਹਾਸ ਦੇ ਵਿੱਚ ਇਹ ਮੰਨ ਦੀ ਹੈ ਦੁਨੀਆ ਧਨੌਲੇ ਜਗਤਾਰ ਨੂੰ ਰੋਕਦਾ ਸੀ ਜਿਹੜਾ ਬਾਜੇ ਖਾਨੇ ਦੇ ਬਰਾੜ ਨੂੰ ਸਾਹਮਣੇ ਜੀਤੇ ਦੀ ਕਬੱਡੀ ਹੈ ਜੀਤਾ ਅਗਲੀ ਰੇਲ ਪਾ ਰਿਹਾ ਨਿੱਕੇ ਘੁੰਮਣਾ ਵਾਲਿਆ ਲਾ ਜੱਫਾ ਨੌਜਵਾਨ ਡਾਈ ਆ ਇੱਕ ਤੇ ਜੀਤਾ ਵਧਿਆ ਅੱਗੇ ਨੂੰ ਟੁੱਟ ਜਾਣ ਦੁੱਖ ਲੋਕੋ ਜੋਰਾ ਵਰ ਪੁੱਤ ਲੋਕੋ ਇੱਕ ਦੂਜੇ ਅੱਗੇ ਜਦੋਂ ਸਾਥੀਆਂ ਨੇ ਤਾਣ ਦੀ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਨਰਵੈਰ ਧੋਨੀ ਕਬੱਡੀ ਦਾ ਜਾਦੂਗਰ ਅਗਲੀ ਰੇਲ ਪਾਉਂਦਾ ਉਦੋਂ ਡਬਲ ਟੱਚ ਇਸ ਮੈਚ ਦੇ ਜੋ ਕਮੈਂਟੇਟਰ ਹੋਣਗੇ ਸੁਖਾ ਖੰਡਿਆਲ ਅਤੇ ਛੋਟਾ ਅਮਨ ਲੋਕੋ ਉਹ ਵੀ ਗਰਾਊਂਡ ਜਾ ਜਾਣ ਮੈਂ ਖਬਡੂ ਚੌਹਾਨ ਸਾਹਿਬ ਮੈਂ ਖਬਡੂ ਗਰਾਊਂਡ ਸਾਹਮਣੇ ਮੱਤਾ ਕਾਰ ਮਾਸੀਆਂ ਵਾਲਾ ਮੱਤਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਪੁਆਇੰਟ ਸਾਧੂ ਵਾਲਾ ਅਮਿਤ ਸ਼ਾਹ ਦੇ ਖਾਤੇ ਦੇ ਵਿੱਚ ਜੁੜਦਾ ਅਗਲੀ ਕਬੱਡੀ ਇਹ ਆ ਸੁੱਖਾ ਮੱਗਾ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਉਹ ਵੀ ਮੈਚ ਨੂੰ ਤੱਕ ਰਹੀਆਂ ਉਹਨਾਂ ਦਾ ਵੀ ਸਪੈਸ਼ਲ ਤੌਰ 'ਤੇ ਧੰਨਵਾਦ ਹੈ ਉੱਧਰ ਆਹ ਨੌਜਵਾਨ ਰਾਣਾ ਢੰਡ ਕਸੇਲ ਵਾਲਾ ਨੌਜਵਾਨ ਪਰ ਨਹੀਂ ਇਹ ਅਕੀਪਾ ਘੜਕਾ ਘੜਕੇ ਵਾਲੇ ਧੋਨੀ ਹਲਕੇ ਹਲਕੇ ਕਦਮ ਨੌਜਵਾਨ ਨੇ ਅੱਗੇ ਨੂੰ ਵਧਾਏ ਹੈ ਚਲੋ ਕਿ ਚੱਲਣਾ ਹੀ ਜ਼ਿੰਦਗੀ ਹੈ ਵਧੋ ਕੇ ਵੱਧਣਾ ਹੀ ਜ਼ਿੰਦਗੀ ਦਾ ਪਹਿਲਾ ਪੜਾਅ ਇਹ ਨਰਵੈਰ ਧੋਨੀ ਦੀ ਕਬੱਡੀ 'ਤੇ ਇੱਕ ਨੰਬਰ ਤੋਂ ਗੁਰਸੇਵਕ ਪੁੱਟਰ ਨਹੀਂ ਜੱਫਾ ਲਾ ਸਕਿਆ ਅੱਜ ਚੇਅਰਮੈਨ ਸਾਹਿਬ ਖੁਸ਼ ਨੇ ਅੱਜ 25ਵਾਂ ਮੇਲਾ ਅੱਜ ਸਿਲਵਰ ਜੁਬਲੀ ਮੇਲਾ ਹੋ ਰਿਹਾ ਸ਼ਹੀਦਾਂ ਨੂੰ ਯਾਦ ਕਰਦਿਆਂ ਪਰਮਜੀਤ ਕੌਰ ਦੀ ਧਰਤੀ ਵੱਡੇ ਵੱਡੇ ਧਰਤੀ ਉੱਧਰ ਸੁਖਰਾਜ ਬਡਾਲਾ ਗ੍ਰੰਥੀਆਂ ਵਾਲਾ ਨੌਜਵਾਨ ਅੰਕ ਨਹੀਂ ਕਿਸੇ ਦੇ ਤਾਈ ਮਨ ਵਿੱਚ ਸਾਈ ਦੇ ਕੋਲੋਂ ਡਰਦਾ ਇੱਧਰ ਜੀਤੇ ਦੀ ਕਬੱਡੀ ਹਰਜੀਤ ਫਰੈਂਡ ਕਲੱਬ ਪੱਤੋ ਹੀਰਾ ਸਿੰਘ ਦੀ ਟੀਮ ਜਿਹੜੀ ਹੈ ਉਹ ਮੈਦਾਨ ਦੇ ਵਿੱਚ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਚੌਲ ਲੰਗਲ ਵਾਲਾ ਬਿੱਲਾ ਅਗਲੀ ਰੇਡ ਪਾਉਂਦਾ ਕਿ ਬਿੱਲੇ ਦੀ ਕਬੱਡੀ ਹੈ ਜਾਫੀਆਂ ਦੇ ਵਿੱਚ ਕੀਪਾ ਘੜਕਾ ਸਾਰੇ ਵਾਲਾ ਅਰਸ਼ ਸਾਬੀ ਸ਼ਿਕਾਰ ਮਾਸੀਆਂ ਦਾ ਉਧਰ ਖਾਰੇ ਵਾਲੇ ਅਰਸ਼ ਦੇ ਨਾਲ ਹੁੰਦਾ ਹੋਇਆ ਮੁਕਾਬਲਾ ਪੀਰਦਾ ਹੋਇਆ ਸਮਾਂ ਹੰਦਿਆਂ ਦੇ ਲਾਗੇ ਲੱਗਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਮੱਤਾ ਹਾਂਜੀ ਸ਼ੰਕਰਾਪੁਰੀ ਦੀ ਟੀਮ ਨੂੰ ਹਾਂਜੀ ਕਰ 1000 ਰੁਪਇਆ ਜੁਰਮਾਨਾ ਕੀਤਾ ਗਿਆ ਕਿ ਕੋਚ 2 ਆ ਤੇ ਸਾਹਮਣੇ ਨੌਜਵਾਨ ਰੇਡ ਪਾਉਂਦਾ ਹੈ ਕੋਚ ਵੀ ਤੁਹਾਡੇ ਹੀ ਆ ਜਗਤਾਰ ਜੀ ਤੇ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਏ ਕਾਨੂੰਨ ਨਾਲ ਕੋਈ ਸਮਝੌਤਾ ਨਹੀਂ
ਦੁੱਖਾ ਕੋ ਕਿਸ਼ੋਰ ਕਹਿੰਦਾ ਕਿ ਜਰਮਾਨਾ ਚਾਹੀਦਾ। ਸਾਹਮਣੇ ਨੌਜਵਾਨ ਜੱਗੀ ਰੇਡ ਪਾਉਂਦਾ, ਉਧਰ ਨੌਜਵਾਨ ਜੱਫਾ ਲਾਉਣ ਦਾ ਯਤਨ, ਜਗਤਾਰ ਅੰਟਰੋਲੀ ਭਾਈ ਵਾਲਾ ਪੁਆਇੰਟ। ਇਹ ਭੁਨਸਾ ਵਾਲੇ ਸੋਨੀ ਦੀ ਕਬੱਡੀ ਹੈ ਯਾਰ, ਜਾਂ ਫਿਰ ਖਾਲਸਾ ਮਾਝਾ ਦੇ ਸੋਚਦੇ ਨੇ ਕਿ ਕਿੱਥੋਂ ਨੌਜਵਾਨ ਨੂੰ ਫੜੀਏ, ਕਰਦੇ ਆ ਸਲਾਹਾਂ। ਉਧਰ ਨੌਜਵਾਨ ਸੁੱਖਾ ਜਰੀਲਾ ਨਹੀਂ ਜੱਫਾ ਲਾ ਸਕਿਆ ਪੁਆਇੰਟ। ਹਾਂਜੀ, ਕੋਚ ਇੱਕੋ ਹੀ ਟੈਕਨੀਕ ਦਾ ਰਹਿਣਾ ਚਾਹੀਦਾ। ਹਾਂਜੀ, ਫੈਡਰੇਸ਼ਨ ਵੱਲੋਂ 1000 ਰੁਪਈਆ ਹੋਰ ਟੀਮ ਨੂੰ ਜੁਰਮਾਨਾ ਕੀਤਾ ਗਿਆ ਹੈ, ਜਨਤਾ ਪੂਰੀ ਟੀਮ ਨੂੰ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ। ਸਾਰੀ ਬਿਹਾਰੀ ਉੱਪਰ ਵਾਲਾ ਅਗਲੀ ਰੇਟ ਆਉਂਦਾ, ਇਹ ਬਿਹਾਰੀ ਪੂਰੀ ਸਾਰੀ ਦੀ ਕਬੱਡੀ ਹੈ। ਜਾਫੀਆਂ ਦੇ ਵਿੱਚ ਸਾਹਮਣੇ ਰਾਣਾ ਢੰਡ ਕਸੇ ਠੇਕੇਦਾਰ ਸਾਹਿਬ। ਹੈਲੋ, ਇੱਕ ਮਿੰਟ ਭਾਅ ਜੀ, ਸਾਡੇ ਦਰਬਾਰ ਪਹੁੰਚੇ ਨੇ ਇਹਨਾਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਜੇ ਆਰ ਹਰਭਜਨ ਸਿੰਘ ਫਤਵਾਲ ਕੋਠੇ 2000 ਰੁਪਇਆ ਕਲੱਬ ਦੀ ਹੌਸਲਾ ਅਫਜ਼ਾਈ ਕਰਦੇ ਨੇ। ਹਾਂਜੀ, ਇੱਕੋ ਮਿੰਟ ਨੰਬਰ ਦੱਸਦੇ ਆ ਜੀ। ਆਹ ਜਿਹੜਾ ਮੈਚ ਹੋਇਆ ਖਾਲਸਾ ਮਾਝਾ ਕਬੱਡੀ ਕਲੱਬ ਮਾਝਾ ਦੇ ਪੁਆਇੰਟ ਨੇ 29.5, ਸ਼ੰਕਰਾਪੁਰੀ ਭਾਈ ਜਸਵੰਤ ਸਿੰਘ ਕਲੱਬ ਅਮੀ ਸ਼ਾਹ ਉਹਨਾਂ ਦੇ ਪੁਆਇੰਟ ਨੇ 37। ਸ਼ੰਕਰਾਪੁਰੀ ਦੀ ਟੀਮ ਜੇਤੂ ਰਹੀ ਹੈ। ਅਗਲੀ ਗੱਲ ਸੁਖਾ ਕੜਿਆਲ ਅਤੇ ਅਮਨ ਲੋਕੋ ਸਾਊਂਡ ਵਾਲਾ ਥੋੜ੍ਹੀ ਆਵਾਜ਼ ਉੱਚੀ ਕਰ ਦਿਓ, ਥੋੜ੍ਹੀ ਜਿਹੀ ਉੱਚੀ ਕਰ ਦਿਓ ਮਿਹਰਬਾਨੀ। ਪਹਿਲਾ ਮੈਚ ਬਹੁਤ ਵਧੀਆ ਖੇਡ ਦੇ ਮੈਦਾਨ ਦੇ ਵਿੱਚ ਹੋਇਆ। ਪਹਿਲੇ ਮੈਚ ਦੇ ਵਿੱਚ ਸ਼ੰਕਰਾਪੁਰੀ ਹੈਲੋ ਹੈਲੋ ਮਿਹਰਬਾਨੀ ਪਹਿਲਾ ਮੈਚ ਬਹੁਤ ਵਧੀਆ ਖੇਡ ਦੇ ਮੈਦਾਨ ਦੇ ਵਿੱਚ ਹੋਇਆ। ਜੋ ਦੂਜਾ ਮੈਚ ਹੈ, ਇੱਕ ਪਾਸੇ ਟੀਮ ਹੈ ਹਰਜੀਤ ਸਿੰਘ ਅਕੈਡਮੀ ਪੱਤੋ ਹੀਰਾ ਸਿੰਘ ਦੂਸਰਾ ਮੈਚ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਅਕੈਡਮੀਆਂ 6 ਕੋਚੀਆਂ ਹੋਈਆਂ ਮੇਰੇ ਵੀਡੀਓ। ਇੱਕ ਪਾਸੇ ਟੀਮ ਖੇਡੇਗੀ ਹਰਜੀਤ, ਮਹਾਨ ਕਬੱਡੀ ਖਿਡਾਰੀ ਯਾਦ ਵਿੱਚ ਬਣੀ ਟੀਮ ਹਰਜੀਤ ਫ੍ਰੈਂਡਸ ਕਬੱਡੀ ਅਕੈਡਮੀ ਪੱਤੋ ਹੀਰਾ ਸਿੰਘ ਸੜਕ ਵਾਲੇ ਪਾਸੇ ਤੇ ਸਾਡੇ ਬਹੁਤ ਸਤਿਕਾਰਯੋਗ ਸਰਕਾਰ ਸਿੰਘ ਜੀ ਨਗਰ ਜਲੰਧੇ ਤੋਂ ਪਹੁੰਚੇ ਨੇ, 500 ਰੁਪਇਆ ਕਲੱਬ ਦੀ ਹੌਸਲਾ ਅਫਜ਼ਾਈ ਕਰਦੇ ਨੇ। ਮੈਂ ਤੁਹਾਨੂੰ ਧੰਨਵਾਦ ਜੀਆਂ ਨੂੰ। ਸਰਦਾਰ ਰੂਪ ਸਿੰਘ ਦਾ ਪੁੱਤਰ ਹੈ ਮੇਰੇ ਵੀਰ ਸੰਤ ਬਾਬਾ ਈਸ਼ਵਰ ਸਿੰਘ ਕਬੱਡੀ ਕਲੱਬ ਰਾਣਾ ਸਾਹਿਬ ਦੀ ਟੀਮ ਦਾ ਜਾਫੀ ਭਾਰਤ ਅਗਲਾ ਲਾ ਜਾਂ ਫੋਰ ਪੁਆਇੰਟ ਆਪਣੀ ਟੀਮ ਹਿੱਸੇ ਦੇ ਵਿੱਚ ਜੁੜਦਾ ਹੋਇਆ ਹਰੀ ਮੇਰ ਜੰਡੀ ਸਾਊਂਡ ਵਾਲੇ ਨੂੰ ਬੇਨਤੀ ਹੈ ਥੋੜ੍ਹੀ ਆਵਾਜ਼ ਥੋੜ੍ਹੀ ਜਿਹੀ ਘੱਟ ਕਰ ਦਿੱਤੀ ਜਾਵੇ। ਹਰੀ ਰੇਲ ਛੱਡੀ ਰਸੂਲਪੁਰ ਪੈਂਦਾ ਭੋਲੇ ਦਾ ਮੇਰੇ ਵੀਰ ਕਬੱਡੀ ਭਾਵੇਗਾ ਸਾਊਂਡ ਵਾਲਾ ਵੀ ਥੋੜ੍ਹੀ ਆਵਾਜ਼ ਵੀ ਘੱਟ ਕਰ ਦਿੱਤੀ ਜਾਵੇ। ਛੱਡੀ ਰਸੂਲਪੁਰ ਦੀ ਧਰਤੀ ਦਾ ਭੋਲਾ ਸਿੱਧ ਭਵੇ ਦਾ ਇਲਾਕੇ ਦਾ ਨਾਂ ਦੇ ਰੇਲ ਪਾਉਣ ਤੋਂ ਹੀ ਸਜਾ ਹੈ ਮੇਰੇ ਵੀਰ ਚਾਰ ਜਾਫੀ ਦਾ ਮੈਂ ਕਹਿੰਦੇ ਭਲਕੇ ਦੀ ਧਰਤੀ ਦਾ ਖੜਾ ਹੈ ਸ਼ਰਦਾ ਟੱਗੋ ਮਾਣੇ ਵਾਲਾ ਤੇ ਨਾਲ ਨਿੰਦੀ ਹੈ ਬੇਲੇ ਵਾਲਾ ਜੋੜ ਦਿੱਤਾ ਹੈ।
ਹਰੀਗੜ੍ਹ ਸੁੱਖਾ ਕੰਡਿਆਲ ਕਬੱਡੀ ਪਰਿਵਾਰ ਦਾ ਰੇਡੀਓ ਮੈਂਬਰ ਹੈ ਕਬੱਡੀ ਦਾ ਇਹ ਨੌਜਵਾਨ ਕੇਂਦਰ ਪਿੰਡ ਹੈ ਜਿਹੜੇ ਮੋਗੇ ਦੀ ਸ਼ਾਨ ਹੈ ਸਾਹਮਣੇ ਚਾਰ ਜੱਥੀ ਖੜੇ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਲਾਲਾ ਸਾਹਿਬ ਕਬੱਡੀ ਅਕੈਡਮੀ ਦੇ ਨੇ ਇਧਰ ਕਬੱਡੀ ਪਾਵਰ ਦੇ ਫਾਟਾ ਹੋਇਆ ਲਾਲੀ ਹੈ ਸਮਾਰਾ ਵਾਲਾ ਉਧਰ ਕਹਿੰਦੇ ਹਰਜੀਤ ਫਰੈਂਡਸ ਕਬੱਡੀ ਅਕੈਡਮੀ ਪੱਤ ਹੀਰਾ ਸਿੰਘ ਹੈ ਮੇਰੇ ਵੀਰੋ ਮੇਨ ਜਿਹੜੇ ਸਪੋਂਸਰ ਹੈ ਮੇਜਰ ਬਰਾੜ ਦੀ ਧਲੂਰ ਵਾਲੇ ਔਰ ਨਾਲ ਹੀ ਇੱਧਰ ਕਹਿੰਦੇ ਨੇ ਨਵੇਂ ਜਿਹੜੇ ਸਾਡੇ ਬਹੁਤ ਹੀ ਪਿਆਰੇ ਵੀਰ ਹੈ ਇੰਦਰਜੀਤ ਗਿੱਲ ਰੰਮੀ ਕਨੇਡਾ ਵਾਲਾ ਤੇ ਨਾਲ ਹੀ ਮੇਰੇ ਵੀਰੋ ਸਾਡੇ ਵੀਰ ਹੈ ਨਵੀਂ ਗਿੱਲ ਰੰਮੀ ਕਨੇਡਾ ਕਾਕਾ ਰਸੀ ਕਨੇਡਾ ਬਹੁਤ ਹੀ ਪਿਆਰੇ ਵੀਰ ਹੈ ਡੈਪਟਨ ਟਰਾਂਟੋ ਕਬੱਡੀ ਕਲੱਬ ਵਾਲੇ ਯਾਰਾਂ ਦੇ ਯਾਰ ਸਪੋਂਸਰ ਕਰਦੇ ਨੇ ਨੀਬੀ ਸਾਹਿਬ ਦੀ ਟੀਮ ਨੂੰ ਸਰਦਾਰ ਸਾਧੂ ਸਿੰਘ ਜੀ ਬਿਹਾਰ ਸਾਹਿਬ ਖੜੇ ਨੇ ਹਾਂਜੀ ਸਰ ਠੀਕ ਹੈ ਜੀ ਲਾਲ ਜੀ ਸਾਡੇ ਚੇਅਰਮੈਨ ਸਾਹਿਬ ਇਹਨਾਂ ਵੱਲੋਂ ਸਰਦਾਰ ਹਰਨੇ ਆਪਣੇ ਪਾਰੇ ਪਰ ਵਧਿਆ ਨਾਓ ਜੋ ਸਰੀਰ ਦੇ ਵਿੱਚ ਪਾਈ ਹੋਈ ਕਬੱਡੀ ਹੈ ਜੱਗੂ ਸਾਡਾ ਵੀਰ ਸੋਹਣੀ ਖੇਡ ਹੈ ਇਹਦੇ ਨੰਬਰਦਾਰ ਹੈ ਮੁੰਡਾ ਨੰਬਰਦਾਰਾਂ ਦਾ ਆਰ ਸ਼ਰਮਾ ਟਗੋਰ ਵਾਲੇ ਦੀ ਧਰਤੀ ਦਾ ਦੋ ਭਰਾ ਕਬੱਡੀ ਖੇਡ ਰਿਹਾ ਸਤ ਨਾਮ ਟਗੋਰ ਵਾਲੇ ਵਾਲਾ ਤੇ ਸ਼ਰਮਾ ਟਗੋਰ ਵਾਲੇ ਵਾਲਾ ਮੇਰੇ ਵੀਰ ਆਰੇ ਮਾਰ ਹੋਇਆ ਮੇਰੇ ਵੀਰ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦੇ ਬੈਨਰ ਹੇਠ ਇਹ ਪਲੇਅਰ ਖੇਡਦੇ ਨੇ ਸਾਡੇ ਮੱਖਣ ਚੜਕ ਜੀ ਬਹੁਤ ਹੀ ਸਤਿਕਾਰਯੋਗ ਨੇ ਇੱਕ ਸੈਕਟਰੀ ਨੇ ਮੇਰੇ ਵੀਰ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਧਰ ਸਚੈਨ ਕੈਰਾ ਜੀ ਸਿੱਧਵਾ ਵਾਲੇ ਬੈਠੇ ਨੇ ਔਰ ਇਧਰ ਮੇਰੇ ਵੀਰ ਸਾਹਮਣੇ ਪਈ ਹੋਈ ਕਬੱਡੀ ਦੇ ਦਰਮਿਆਨ ਮੋਟਰਸਾਈਕਲ ਦੇ ਨਾਲ ਜੇਤੂ ਹੈ
ਵਾਟ ਰੇਡਰ ਦਾ ਹੈ, ਇਧਰ ਗੱਗੀ ਲੰਬੋਵਾਲਾ ਯਾਰਾਂ ਦਾ ਯਾਰ ਹੈ, ਬੜੀ ਤਕੜੀ ਕਬੱਡੀ ਖੇਡੀ ਹੈ, ਕੋਚ ਹੈ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦਾ ਮੇਰੇ ਵੀਰੋ, ਇਧਰ ਲੰਬੜਦਾਰ ਨੇ ਕਬੱਡੀ ਪਾ ਦਿੱਤੀ ਹੈ, ਨਿੰਮਾ ਖੜਾ ਕੋਚ ਸੁਖੀਏ ਦੀ ਧਰਤੀ ਦਾ, ਰਮਣਾ ਭਗਤੇ ਵਾਲਾ ਮੇਰੇ ਵੀਰੋ, ਤੇ ਪਰ ਪੁਆਇੰਟ ਲੰਬੜਦਾਰ ਦਾ ਹੈ ਕਿ ਜਿਗਰੇ ਬਗੈਰ ਫਿਰ ਪੈਂਦੀਆਂ ਨਾ ਰੇਟਾਂ, ਹਨੇਰਿਆਂ ਚ ਤੀਰ ਵੀ ਚਲਾਉਣੇ ਪੈਂਦੇ ਨੇ, ਸੌਖੇ ਨਹੀਂ ਉਹ ਹੁੰਦੇ ਇਤਿਹਾਸ ਰਚਨੇ, ਮੱਥੇ ਹਰਜੀਤ ਸਿੰਘ ਚੋਟੀ ਦੀਆਂ ਟੀਮਾਂ ਨਾਲ ਲਾਉਣੇ ਪੈਂਦੇ ਨੇ, ਮੱਥੇ ਰਿਪੂ ਚੋਟੀ ਦੀਆਂ ਟੀਮਾਂ ਨਾਲ ਲਾਉਣੇ ਪੈਂਦੇ ਨੇ, ਇਹ ਕਾਕਾ ਸਨਾਦ ਵਾਲਾ ਮੇਰੇ ਵੀਰੋ, ਉੱਧਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੱਡੀਆਂ ਡਿਊਟੀਆਂ ਨੇ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦੇ ਕੋਚਾਂ ਦੀਆਂ, ਪ੍ਰਧਾਨ ਸਾਹਿਬ ਦੀਆਂ, ਖੀਰਾ ਸ਼ੰਭੀਪੁਰੀਆ ਮੇਰੇ ਵੀਰੋ ਯਾਰ ਹੈ ਸਾਡੇ ਇਸ ਕੋਚ ਸਾਹਿਬਾਨਾਂ ਦਾ, ਸੁਰਿੰਦਰ ਮਾਨਕ ਜੀ ਹੋਣਾ ਨੇ ਫਗਵਾੜੇ ਵੱਡਾ ਕੱਪ ਕਰਵਾਇਆ, ਅਮਰੀਕ ਘੁੱਡੇ ਵਰਗੇ ਜੈਲੇ ਵਰਗੇ ਦਾ ਜ਼ਿਕਰ ਹੁੰਦਾ ਹੈ, ਇੱਕ ਪਾਸੇ ਕਹਿੰਦੇ ਆਹ ਹੈ ਮੁੰਡਾ ਬਸੰਤ ਮੇਜਰ ਬਰਾੜ ਦਾ ਗ੍ਰਾਹੀ ਹੈ, ਤੇ ਪੁਆਇੰਟ ਰਾਣਾ ਸਿੰਘ ਅਕੈਡਮੀ ਦੇ ਹਿੱਸੇ ਗਿਆ, ਤੇ ਰੇਡ ਪਾਲ ਦੇ ਵੀਰ ਪਾਲ ਦੀ ਤੇ ਗੱਲ ਕਰੇਗਾ ਅਵਨ, ਲੋ ਮਾਲੇ ਦੀ ਧਰਤੀ ਦਾ ਪਾਲ ਰੇਡ ਪਾਉਣ ਦੇ ਲਈ ਵਧਿਆ ਹੈ ਮੇਰੇ ਵੀਰ, ਇਸ ਸਾਲ ਮਾਲੇ ਵਿੱਚ ਕਹਿੰਦੇ ਜਦੋਂ ਕੱਪ ਖੇਡਿਆ ਗਿਆ ਪੰਜਾਬ ਫੈਡਰੇਸ਼ਨ ਦਾ, 135 ਜੱਥੇ ਲੱਗੇ, ਹਰਦੀਪ ਸਿਆਣ ਨੇ ਜਾਣਕਾਰੀ 'ਚ ਵਾਧਾ ਕੀਤਾ ਹੈ, ਇਹ ਵੀ ਵੱਡਾ ਰਿਕਾਰਡ ਹੈ ਮੇਰੇ ਵੀਰ ਖੇਡ ਦਾ, 100 ਭੋਲਾ ਪਾਉਣ ਦੇ ਲਈ ਵਧਿਆ ਹੋਇਆ, ਜਿੱਥੋਂ ਦਾ ਜੀਤਾ ਦੁਨੀਆਂ ਦਾ ਮਹਾਨ, ਜਿੱਥੋਂ ਦਾ ਕਾਲਾ ਦੁਨੀਆਂ ਦਾ ਮਹਾਨ ਮੇਰੇ ਵੀਰ, ਜਾਣ ਨੇ ਨਿੱਕੂ ਕਲਿਆਣਾ ਦੀ ਧਰਤੀ ਦਾ ਖੜਾ ਹੈ, ਪਰ ਰਮਣਾ ਭਗਤੇ ਵਾਲਾ ਲਓ ਕੀਤਾ ਹੋਇਆ ਬਾਰਡਰ ਲਾਈਨ ਤੋਂ ਬਾਹਰ, ਤੇ ਹਰਜੀਤ ਤੇ ਉਹਦੇ ਦੋਸਤ ਹਰਜੀਤ ਫਰੰਟ ਕਬੱਡੀ ਅਕੈਡਮੀ ਪੱਖੋ ਹੀਰਾ ਸਿੰਘ, ਤੇ ਦੂਸਰੇ ਪਾਸੇ ਸੰਤ ਬਾਬਾ ਈਸ਼ਵਰ ਸਿੰਘ ਕਬੱਡੀ ਕਲੱਬ ਰਾਣਾ ਸਾਹਿਬ, ਤੇ ਕਬੱਡੀ ਨਿੰਦੂ ਭਾਰੇ ਨਿਗੜ ਦੀ ਧਰਤੀ ਦਾ, ਜੇ ਥੱਲੇ ਤਾਂ ਹੋ ਸਕਦਾ ਬਾਟ ਲਾਲੀ ਪੂਰਾ ਛੱਡਣੀ ਨਹੀਂ ਸੀਮਾ ਤੇ, ਜਦੋਂ ਵਜਰ ਤਾੜੀਆਂ ਪਤਾ ਲੱਗਦਾ ਲੋਕਾਂ ਦੇ ਦਿਲਾਂ ਨੂੰ ਲੱਗਿਆ ਤਾਂ, ਤੇ ਦੁਨੀਆਂ ਸੂਝਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ, ਦੁਨੀਆਂ ਯੋਧਿਆਂ ਨੂੰ ਕੜਿਆਰ ਵਾਲਾ ਕੋਈ ਨਹੀਂ ਹੈ, ਦੁਨੀਆਂ ਨੂੰ ਜੇ ਨਾਂ ਹੈ ਕਬੱਡੀ ਖਿਡਾਰੀਆਂ ਦਾ, ਹਰ ਹੋਰ ਵਾਲਾ ਤਾਂ ਉੱਧਰ ਸਾਡੇ ਨਾਂ ਵੀ ਪਿਆਰੇ ਹੈ, ਸਪੌਂਸਰ ਵੀਰ ਹੈ ਪੱਟੂ ਹੀਰਾ ਸਿੰਘ ਕਬੱਡੀ ਅਕੈਡਮੀ ਦੇ, ਕਲਿਆਣਾ ਵਰ ਨਿੱਕੂ ਦੇ ਲਈ 500 ਰੁਪਈਆ ਹੈ, ਇਹਦੇ ਵਿੱਚ ਮੇਜਰ ਬਰਾੜ ਜੀ, ਭਲੂਰ ਵਾਲੇ ਜਲੰਧਰ ਸਿੱਧੂ ਜੀ, ਮਿੰਟੂ ਬੀਲਾ, ਜੱਗਾ ਚੱਕਰ ਯੂਕੇ ਵਾਲਾ ਜੱਗਾ ਚੀਮਾ, ਪਰਮਜੀਤ ਸਿੰਘ ਜੀ ਡਾਲੇ ਵਾਲੇ, ਔਰ ਫਿਰ ਵੀਰੋ ਕਿੰਦਰਜੀਤ ਰੁੰਮੀ, ਨਵੀਂ ਗਿੱਲ ਰੁੰਮੀ, ਤੇ ਕਾਕਾ ਰਣਸੀ ਕਨੇਡਾ ਵਾਲੀ, ਇੱਕ ਪਾਸੇ ਪਈ ਹੋਈ ਕਬੱਡੀ ਹੈ, ਦੇਖੋ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਦੀ ਤਰਫੋਂ ਲੰਬੜਦਾਰ ਦੀ ਧਰਤੀ ਦਾ, ਇਹ ਪੈਂਦੀਆਂ ਨੇ ਰੇਟਾਂ ਜਦੋਂ ਜੱਫੇ ਲੱਗਦੇ, ਸੁੱਖਿਆ ਲਫੇੜੇ ਵੱਜਦੇ, ਪਾਵੇ ਜਦੋਂ ਰੇਡ ਵੜ ਪੈਂਦਾ ਧੌਲ ਨੂੰ, ਓਏ ਕਰਦਾ ਨੀ ਸੋਟੀ ਫਿਰ ਰੇਡ ਪਾਉਣ ਨੂੰ, ਚਿੱਤ ਕਰਦਾ ਨੀ ਸੋਟੀ ਫਿਰ ਰੇਡ ਪਾਉਣ ਨੂੰ, ਰਾਣਾ ਸਾਹਿਬ ਦੀ ਟੀਮ ਦੇ ਪਾੜਵੇ 15.5 ਤੇ ਪੱਟੂ ਹੀਰਾ ਸਿੰਘ ਦੀ ਟੀਮ ਨੇ ਅੰਕੜੇ 17, ਜੇ ਮੈਚ ਹੁਣ ਤੱਕ ਵਧੀਆ ਲੱਗਾ ਤਾੜੀ ਜ਼ੋਰਦਾਰ ਮਾਰ ਦਿਓ, ਵਾਹਿਗੁਰੂ ਸੋਟਲੇ ਵਾਲਾ, ਇਹਨੂੰ ਮੇਰੇ ਵੀਰੇ ਸਾਡੇ ਬ੍ਰੈਂਪਟਨ ਟੋਰਾਂਟੋ ਕਬੱਡੀ ਕਲੱਬ ਵਾਲੇ ਇੰਦਰਜੀਤ ਗਿੱਲ ਰੁੰਮੀ ਕਨੇਡਾ, ਨਵੀਂ ਗਿੱਲ ਰੁੰਮੀ ਕਨੇਡਾ, ਤੇ ਕਾਕਾ ਰਣਸੀ ਕਨੇਡਾ ਵੱਲੋਂ ਅਗਲੇ ਕਮਾਲਪੁਰੇ ਦੇ ਕਬੱਡੀ ਕੱਪ ਤੇ ਮੇਰੇ ਵੀਰੋ 50,000 ਦੀ ਨਗਦ ਰਾਸ਼ੀ ਦੇ ਨਾਲ ਕਾਰਡ ਦਿੱਤੇ ਜਾਣਗੇ, ਪਾਸੇ ਚੇਂਜ ਹੋ ਗਏ ਨੇ, ਭੁਵਿਸ਼ੋਰੀਆ ਸਪਰੇ ਮੰਗਦੇ ਸੀ, ਲਓ ਨੂਨ ਸਪਰੇ ਜਿਹੜੀ ਛੋਟੀ ਵੀਰ ਗਰਾਊਂਡ ਦੇ ਵਿੱਚ ਪਹੁੰਚਦੀ ਕਰੋ, ਇੱਧਰ ਪਹਿਲੀ ਕਬੱਡੀ ਹਰ ਸਮੇਂ ਤੋਂ ਬਾਅਦ ਆਇਆ, ਬਾਪੂ ਕੁੰਡਾ ਸਿਉਂ ਦਾ ਪੋਤਰਾ ਪਾਲ ਮਾਲੇ ਦੀ ਧਰਤੀ ਦਾ ਬਾ ਹੋ ਸੱਜਣਾ, ਜੱਸਾ ਆ ਗਿਆ ਅਗਲੀ ਰੇਡ ਪਾਉਣ ਦੇ ਲਈ ਭੜੀ ਭੜੇਚਾ ਦੀ ਧਰਤੀ ਦਾ ਮੇਰੇ ਵੀਰੋ, ਇੱਕ ਕਲੀ ਦੇ ਨਿੱਕੂ ਹੈ ਕਲਿਆਣਾ ਵਾਲਾ, ਜਿਹਦੀ ਚੜ੍ਹਤ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਕਬੱਡੀ ਦੇ ਮੈਦਾਨਾਂ 'ਚ ਨਿੱਕੂ ਕਲਿਆਣਾ ਦੀ ਧਰਤੀ ਦਾ ਕੋਸ਼ਿਸ਼ ਕਰ ਰਿਹਾ ਹੈ, ਪਤਾ ਨਹੀਂ ਲੱਗਦਾ ਕਿ ਰੰਗ ਕਿਹੜੇ ਮੌਕੇ ਫੜ ਜਾਵੇ ਨਿੱਕੂ ਕਲਿਆਣਾ ਵਾਲਾ, ਪਰ ਪੰਡ ਜੱਸੇ ਭੜੀ ਵਾਲੇ ਨੇ ਆਪਣੀ ਟੀਮ ਦੇਸੇ ਵਿੱਚ ਜੋੜ ਦਿੱਤਾ ਹੈ, ਨਿੱਕੂ ਆ ਗਏ ਇੰਦਗੜ ਦੀ ਧਰਤੀ ਦਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ, ਉੱਧਰ ਟਾਂਗਾਂ ਜਿਹੜੀਆਂ ਪਹਿਲੇ ਸੈਮੀ ਫਾਈਨਲ ਮੁਕਾਬਲੇ ਦੀਆਂ ਮੁਕੰਮਲ ਕਰੀਆਂ ਜਾ ਰਹੀਆਂ,
ਹਰਜੀਤ ਫਰੰਟ ਕਬੱਡੀ ਅਕੈਡਮੀ ਪਾਸੋਂ ਹੀਰਾ ਸਿੰਘ ਤੇ ਦੂਸਰੇ ਪਾਸੇ ਸੰਤ ਬਾਬਾ ਸਰਕ ਦੇ ਸਿਰਕਤ ਦੇ ਚਰਚੇ ਹੁੰਦੇ ਨੇ ਜਾ ਕੇ ਵਿੱਚ ਜਗਦੇ ਗੱਲਾਂ ਸੱਚੀਆਂ ਆਖਦਾ ਹੈ ਲੋਕੋ ਪਿੰਡ ਵਾਲਾ ਨਾਮ ਦੁਨੀਆ ਤੇ ਬਣਾਉਣਾ ਨੀ ਸਿਖਾਲਾ ਨਾਮ ਦੁਨੀਆ ਤੇ ਬਣਾਉਣਾ ਨੀ ਸਿਖਾਲਾ ਇੱਧਰ ਪਈ ਹੋਈ ਕਬੱਡੀ ਕਹਿੰਦੇ ਭੋਲਾ ਹੈ ਚੰਡੀਗੜ੍ਹ ਕਾਲੇ ਚੰਡੀਗੜ੍ਹ ਦਾ ਗ੍ਰਾਹੀ ਹੈ ਹਰ ਪੁਆਇੰਟ ਮੇਰੇ ਵੀਰੇ ਹਰਜੀਤ ਸੰਤ ਬਾਬਾ ਤਾਰ ਸਿੰਘ ਦੀ ਢੇਸੀ ਸਾਹਿਬ ਮੇਰੇ ਵੀਰੋ ਵੱਡੇ ਪ੍ਰਮੋਟਰਾਂ ਦੇ ਵਿੱਚ ਨਾਂ ਹੈ ਸਪੋਂਸਰਾਂ ਦੇ ਵਿੱਚ ਨਾਂ ਹੈ ਲਓ ਇੱਧਰ ਅਰਸ਼ੀ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਭਲੋਣ ਵਾਲਾ ਚਾਰ ਜਾਂ ਫੀ ਖੜੇ ਨੇ ਮੇਰੇ ਵੀਰੋ ਲੁਟੈਣਾ ਵਰਗੇ ਉੱਡਦੀ ਮਾਂ ਮਿੱਟੀ ਦੀ ਤੋੜ ਹੋਈ ਪਈ ਬੱਲੇ ਕੰਮ ਰਹੀ ਹੈ ਇੱਧਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਜੱਬੂ ਹੈ ਖੁੱਡਾ ਅਲੀਕੇ ਵਾਲਾ ਸਾਡਾ ਵੀਰ ਹੈ ਗੁੰਦਵਾ ਸਰੀਰ ਹੈ ਮੇਰੇ ਵੀਰੇ ਕੇ ਪੈਰਾਂ ਥੱਲੇ ਅੱਗ ਮੱਤੇ ਬਾਹ ਸਜਣਾ ਵੱਜਦੇ ਨੇ ਚਪੇੜਾ ਮੇਰੇ ਵੀਰੇ ਧਾਉਲ ਧਾਉਲਿਆਂ ਤੇ ਮਾਣ ਹੋਵੇ ਫੇਰ ਜਾ ਕੇ ਦੁਨੀਆਂ 'ਚ ਹੋਵੇ ਚਰਚਾ ਹੋਏ ਐਵੇਂ ਨੀ ਸਪੋਂਸਰਾਂ ਦੇ ਨਾਂ ਬੋਲੀ ਦੇ ਭਲਾਉਂਦੇ ਵਾਲਿਆ ਕੌਡੀ ਲਈ ਕਰਦੇ ਆ ਖੁੱਲਾ ਖਰਚਾ ਕੌਡੀ ਲਈ ਕਰਦੇ ਆ ਖੁੱਲਾ ਖਰਚਾ ਕਰ ਦਿੱਤੇ ਨੇ ਮੇਰੇ ਵੀਰੋ ਸਾਡਾ ਵੀਰ ਤੋਪਾ ਬਾਹਰ ਸਜਣਾ ਨਹੀਂ ਰਹਿੰਦਾ ਬੱਲੇ ਬੱਲੇ ਹੋਈ ਪਈ ਹਰਦੀਪ ਸਿਆਣ ਪੁੱਜਾ ਹੋਇਆ ਇਹਦੇ ਵੱਡੇ ਕੱਪ ਦੇ ਲੇਖੇ ਜੋਗੇ ਕਰਦੇ ਨੇ ਨਿੱਕੂ ਕਲਿਆਣਾ ਵਾਲਾ ਲਓ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਲਓ ਨੰਬਰਦਾਰ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ ਉਧਰ ਨਿੱਕੂ ਕਲਿਆਣਾ ਵਰਗ ਦੀ ਚੋਣ ਹੋ ਚੁੱਕੀ ਹੈ ਜਿਹਦੇ ਘੱਸ ਦੇ ਨਾਲ ਕਾਲਾ ਢੰਡੋਰੀ ਵਾਲਾ ਮੇਰੇ ਵੀਰੋ ਖੇਡਣਗੇ ਮੇਜਰ ਬਰਾੜ ਜੀ ਹੋਰਾਂ ਦੀ ਗੱਲਾਂ ਦੀ ਤਰਫੋਂ ਇੱਧਰ ਮੇਰੇ ਵੀਰੋ ਪਾਲ ਸਾਡਾ ਵੀਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਔਰ ਦੂਜੇ ਪਾਸੇ ਕਹਿੰਦੇ ਉੱਚਾ ਲੰਬਾ ਕੱਟ ਹੋਵੇ ਉਹ ਸੋਲਾ ਹੱਦੋਂ ਵੱਧ ਹੋਵੇ ਤਾਂ ਸਜਣਾ ਕਹਿੰਦੇ ਰਾਮਗੜ੍ਹ ਦੀ ਧਰਤੀ ਦਾ ਭਰੀਆਂ ਹੋਈਆਂ ਪਗੜਾਂ ਲਓ ਬੱਲੇ 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 ਹੋਈ ਪਈ ਹੈ ਆ ਜੱਸਾ ਭੜੀ ਵਾਲਾ ਮੇਰੇ ਵੀਰੋ ਕਬੱਡੀ ਪਾਉਂਦਾ ਹੈ ਹੁਣ ਬਦਲਾ ਲੈ ਲਈ ਜਿਉਣਿਆਂ ਦੇ ਮਾਂ ਦਾ ਜਾਇਆ ਹੁਣ ਵੇਖੋ ਕੌਣ ਪੰਜ ਬਰਾਬਰ ਕੱਢੇਗਾ ਇਹ ਆ ਪੇਂਡੜੇ ਵਾਲਾ ਨਿੰਦੀ 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 ਮੁੰਡੇ ਨੇ ਕਮਾਲ ਕਰ ਦਿੱਤੀ ਹੈ ਚੇਅਰਮੈਨ ਸਾਹਿਬ ਖੜੇ ਹੈ ਜਿਹਨਾਂ ਵੱਲੋਂ ਇੱਕ ਲੰਡੀ ਜੀਪ ਦਿੱਤੀ ਜਾਣੀ ਹੈ ਹਰਨੇਕ ਸਿੰਘ ਜੀ ਬਲ ਸਾਹਿਬ ਕਨੇਡਾ ਵਾਲੀ ਇੱਕ ਲੰਡੀ ਜੀਪ ਉਹਨਾਂ ਵੱਲੋਂ ਦਿੱਤੀ ਜਾਣੀ ਹੈ ਲਾ ਵੀ ਲੁਕੋ ਵਾਲਿਆ ਕਰ ਗੱਲ ਦੋ ਲੰਡੀਆਂ ਜੀਪਾਂ ਹੋਣਗੀਆਂ ਅੱਗੇ ਤਿੰਨਾਂ ਵਿਚਲਾ ਹੋਰ ਫੈਸਲੇ ਲਾਗ ਟਾਟ ਤੇ ਚੀਕਾਂ ਦੇ ਪੁੱਤ ਜੱਟਾਂ ਦੇ ਸ਼ੌਕੀ ਹੁੰਦੇ ਫੋੜ ਬੁਲਟ ਤੇ ਜੀਪਾਂ ਦੇ ਪੁੱਤ ਜੱਟਾਂ ਦੇ ਸ਼ੌਕੀ ਹੁੰਦੇ ਫੋੜ ਬੁਲਟ ਤੇ ਜੀਪਾਂ ਦੇ ਪੰਜਾਬ ਦੇ ਅਜੇ ਸਮੇਂ ਦੀ ਜਵਾਨੀ 'ਚ ਵੱਡਾ ਕਰੇਜ ਹੈ ਬੁਲਟ ਤੇ ਜੀਪਾਂ ਦਾ ਮੇਰੇ ਵੀਰੋ ਚਾਰ ਨੇ ਇੱਕ ਕੰਨੀ ਤੇ ਕਹਿੰਦੇ ਨਿੰਮਾ ਹੈ ਕੋਟ ਸੁਖੀ ਵਾਲਾ ਨਾਲ ਬੇਰੜੇ ਵਾਲਾ ਨਿੰਦੀ ਰਮਣਾ ਭਗਤੇ ਵਾਲ ਦੇ ਸ਼ਰਨਾ ਟੱਕਰ ਵਾਲੇ ਦੀ ਧਰਤੀ ਦਾ ਕੋਸ਼ਿਸ਼ ਕਰ ਰਿਹਾ ਤੇ ਜੱਡੀ ਵਾਲਾ ਭੋਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜ ਗਿਆ ਅਰਸ਼ ਆ ਗਿਆ ਭਲੂਰ ਵਾਲਾ ਇਹਦੀ ਕਿਸਾਨ ਕਨੇਡਾ ਦੀ ਧਰਤੀ ਤੇ ਕਬੱਡੀ ਖੇਡ ਆਇਆ ਮੇਰੇ ਵੀਰੋ ਹਰਜੀਤ ਫਰੰਟ ਕਬੱਡੀ ਕਲੱਬ ਪੱਤੋ ਹੀਰਾ ਸਿੰਘ ਦੀ ਟੀਮ ਦੇ ਤਰਫੋਂ ਰੇਡ ਪਾਉਣ ਲਈ ਵਧਿਆ ਹੈ ਚਾਰ ਜਾਫੀ ਤਿਆਰ ਨੇ ਕਿ ਜਗਤਾਰ ਤਾਂ ਹਰ ਨੂੰ ਮਿਲ ਜਾਂਦੀ ਪਰ ਪੜ੍ਹਨਾ ਔਖਾ ਏ ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਏ ਧਰਤੀ ਨੂੰ ਜੋ ਭੁੱਲ ਜਾਂਦਾ ਉਹ ਟਿਕਦਾ ਨੀ ਵੀ ਜਸਮਾਨ ਦੇ ਚਿਰ ਵਾਲਾ ਨਾ ਦੁਨੀਆਂ ਤੇ ਬਣਾਉਣਾ ਨੀ ਸੁਖਾਲਾ ਸ਼ਕਬ ਦਾ ਫੁੱਲ ਮਿਲਦਾ ਹੈ ਮੇਰੇ ਵੀਰੇ ਜਦ ਪ੍ਰਮੋਟਰ ਫੁੱਲ ਪਾਉਂਦੇ ਆ ਸਾਡੀ ਕੌਡੀ ਖੇਡ ਨਿਆਰੀ ਦਾ ਇਹ ਆ ਨਿੰਮਾ ਕੋਟ ਸੁਖੀਆ ਪਿੰਡ ਹੈ ਮੇਰੇ ਵੀਰੇ ਸ਼ਹਿਰ ਕਹਿ ਲੇ ਔਰ ਦੂਜੇ ਪਾਸੇ ਕੌਣ ਹੈ ਜੱਗੂ ਹੈ ਸਾਡਾ ਵੀਰ ਖੁੱਡਾ ਅਲੀ ਸ਼ੇਰ ਵਾਲਾ ਪਰ ਇੱਕ ਪੁਆਇੰਟ ਮੇਰੇ ਵੀਰੇ ਹੈ ਸੁੱਟ ਨਿੰਮੇ ਕੋਟ ਸੁਖੀਏ ਵਾਲੇ ਨੇ ਮੇਰੇ ਵੀਰੇ ਕਰ ਰਹੇ ਹੈ ਅਗਲਾ ਮੈਚ ਵੀ ਜਲਦੀ ਅਨਾਊਂਸ ਕਰ ਦੇਣ ਤਾਂ ਜੋ ਆਪਣਾ ਗਰਾਊਂਡ ਐਨਆਰਆਈ ਕਬੱਡੀ ਕਲੱਬ ਨਕੋਦਰ ਤੇ ਸਾਧੂ ਵਾਲਾ ਸ਼ੰਕਰਾਪੁਰੀ ਇਹਨਾਂ ਟੀਮਾਂ ਨੂੰ ਸਾਡੀ ਬੇਨਤੀ ਹੈ ਇਹ ਵੀ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣ
ਕਾਕਾ ਸਮਾਧੀ ਧਰਤੀ ਦਾ ਪੁਆਇੰਟ ਆਪਣੀ ਟੀਮ ਦੀਆਂ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਨੰਬੜਦਾਰ ਦੀ ਏੜ ਪੈ ਰਹੀ ਹੈ, ਨਿੰਦੀ ਹੈ ਤੇਨੜੇ ਦੀ ਧਰਤੀ ਦਾ ਰਮਣਾ ਭਗਤੇ ਵਾਲਾ, ਪਰ ਕੀ ਇਸ਼ਾਰੇ ਅੰਪਾਇਰ ਸਾਹਿਬਾਨ। ਐਨਆਰਆਈ ਕਬੱਡੀ ਕਲੱਬ ਨਗਰੋਤਰ ਦੇ ਸੈਂਕੜਾਪੁਰੀ ਸਾਧੂ ਵਾਲੀ ਦੀਆਂ ਟੀਮਾਂ ਨੂੰ ਸਾਡੀ ਫੈਡਰੇਸ਼ਨ ਦੇ ਵੱਲੋਂ 2 ਮਿੰਟ ਦਾ ਦੋਨਾਂ ਟੀਮਾਂ ਨੂੰ ਐਨਆਰਆਈ ਸੈਂਕੜਾਪੁਰੀ ਸਾਧੂ ਵਾਲਾ ਲੈ ਸੁੱਕੇ ਬਾਈ ਕਰ ਗੱਲ। ਇੱਕ ਤਾਂ ਸਿੱਖ ਦੇ ਸਿੱਖ ਸਰਦਾਰ ਗੱਭਰੂ ਹੈ, ਇਹ ਖਾਲਸਾ ਮੇਰੀ ਜਾਨ ਕੀ ਜਾਨ ਹੈ, ਖਾਲਸਾ ਮੇਰੀ ਜਾਨ ਕੀ ਜਾਨ ਹੈ। ਜਿਹੜੇ ਦਰਸ਼ਕਾਂ ਨੂੰ ਆ ਮੁੰਡਪੁਰੇ ਦੀ ਧਰਤੀ ਤੇ ਰੌਣਕਾਂ ਦੇ, ਇਹ ਅੱਜ ਜਿਹੜਾ ਕੱਪ ਚੱਲ ਰਿਹਾ ਨਾ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦੇ ਬੈਨਰ ਹੇਠ ਅੱਜ ਦੇ ਮੈਚ ਜਿਹੜੇ ਕਰਤਪੁਰ ਸਾਹਿਬ ਦੀ ਧਰਤੀ ਤੇ ਕੱਲ ਨੂੰ ਮੇਰੇ ਵੀਰੋ ਪਹਿਲੇ ਸ਼ੁਰੂ ਹੋ ਜਾਣੇ ਨੇ ਜ਼ਿਲ੍ਹਿਆਂ ਦੇ ਮੈਚ, ਤੇ 2 ਤਰੀਕ ਨੂੰ ਚੈਂਪੀਅਨਸ਼ਿਪ ਦਾ ਫਾਈਨਲ ਦਿਨ ਹੋਵੇਗਾ। ਔਰ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਕੋਚ ਸਾਹਿਬਾਨਾਂ ਦੀਆਂ ਡਿਊਟੀਆਂ ਜਿਹੜੀਆਂ ਲੱਗ ਚੁੱਕੀਆਂ ਨੇ 22 ਜ਼ਿਲ੍ਹਿਆਂ ਦੀ ਤਰਫੋਂ, ਤੇ ਅੱਡੋ ਅੱਡੋ ਜ਼ਿਲ੍ਹਿਆਂ ਦੇ ਵਿੱਚੋਂ ਕਿਹੜੇ ਕੋਚ ਦੀ ਕਿੱਥੇ ਡਿਊਟੀ ਲੱਗੀ ਹੈ, ਇਹ ਤੁਹਾਨੂੰ ਮੇਰੇ ਵੀਰੋ ਕੱਲ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੈਂਪੀਅਨਸ਼ਿਪ ਦੇ ਮੈਚਾਂ ਦੇ ਵਿੱਚ ਪਤਾ ਚੱਲ ਜਾਵੇਗਾ। ਇੱਧਰ ਭੋਲਾ ਚੰਡੀ ਵਾਲਾ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ, ਕੀ ਕਰਨਾ ਪਿਸਟਲ ਕੋਲੇ ਦੇ ਕਦੇ ਚਲਾ ਕੇ ਦੇਖਿਆ ਨਾ, ਇੱਧਰ ਸੂਪ ਪੈਕ ਦੇ ਬਾਰੇ ਜਿਹਨੇ ਕਦੇ ਲਾ ਕੇ ਦੇਖਿਆ ਨਾ, ਉਹ ਬਹੁਤਾ ਗੱਜਣ ਵਾਲੇ ਕਿਸੇ ਦੇ ਮਾਰਿਆ ਨਹੀਂ ਕਰਦੇ। ਜਿਹੜੇ ਜਿੱਤਾਂ ਦੇ ਸ਼ੌਕੀ ਆ ਪ੍ਰਧਾਨ ਹਰਜੀਤ ਸਿੰਘ ਜੀ, ਉਹ ਹਾਰਿਆ ਨਹੀਂ ਕਰਦੇ, ਉਹ ਹਾਰਿਆ ਨਹੀਂ ਕਰਦੇ। ਅੱਜ ਮੇਲਾ ਲੁੱਟਿਆ, ਇੱਧਰ ਕੋਰ ਸੁਖੇ ਨੇ ਕੋਸ਼ਿਸ਼ ਕੀਤੀ ਹੈ, ਆ ਚੱਲਿਆ ਮੇਰੇ ਵੀਰੋ ਅਰਸ਼ ਭਲੂਰ ਦੀ ਧਰਤੀ ਦਾ ਮਹਾਨ ਪ੍ਰਮੋਟਰ ਮੇਜਰ ਬਰਾੜ ਭਲੂਰ ਵਾਲੇ ਦੇ ਪਿੰਡ ਦਾ, ਜਿਹੜਾ 70 ਕਿਲੋ ਦੇ ਵਿੱਚ ਖੇਡਿਆ ਪਹਿਲਾਂ ਕਨੇਡਾ, ਮੇਰੇ ਵੀਰੋ ਦੁਸ਼ੰਤ ਵੀ ਆਇਆ ਹੋਇਆ ਹੈ। ਔਰ ਉੱਧਰ ਹਲਕਾ ਟੜੀ ਤੇ ਬੈਕ ਤੇ ਸਾਡਾ ਵੀਰ ਲੋਕੋ ਵਾਲਾ ਲਾ ਜੱਗੂ ਆ ਗਿਆ, ਕਹਿੰਦੇ ਖੁਡਾਲੀ ਸ਼ੇਰ ਦੀ ਧਰਤੀ ਦਾ ਚੰਡੀਗੜ੍ਹ ਮੋਹਾਲੀ ਇਲਾਕੇ ਦਾ ਨਾਜ਼ਰ ਕਬੱਡੀ ਭਾ ਰਿਹਾ, ਜਿੱਥੋਂ ਦਾ ਬਿੱਲਾ ਕਬੱਡੀ ਦਾ ਪ੍ਰਸਿੱਧ ਜਾਤੀ ਬਣ ਗਿਆ। ਜੱਗੂ ਦੀ ਰੇਰ ਪੈ ਰਹੀ ਹੈ, ਇੱਕ ਕੰਨੀ ਦੇ ਨਿੰਦੀ ਹੈ ਤੇਰੜੇ ਵਾਲਾ, ਪਰ ਹੁਣ ਵੇਖਣਾ ਵੀ ਕੀ ਇਸ਼ਾਰੇ ਹੈ ਵੀ ਟਿਕਰੀ ਕੱਪ ਦੀ ਰੌਣਕੂ ਨੂੰ ਵਧਾਉਣ ਦੇ ਲਈ ਪੂਜੀ ਹੋਈ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ, ਸਾਡੀਆਂ ਰੌਣਕਾਂ ਨੇ ਅੱਜ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਸ਼ਹੀਦਾਂ ਦੀ ਯਾਦ ਬਣਾਈ ਜਾ ਰਹੀ ਹੈ। ਮੇਰੇ ਵੀਰੋ ਦੁਨੀਆਂ ਵੱਡੀ ਤਾਦਾਦ ਵਿੱਚ ਪੂਜੀ ਹੋਈ ਹੈ, ਕੁਝ ਕੁ ਦੁਨੀਆਂ ਟੇਬਲ ਦੇ ਜ਼ਰੀਏ ਜੁੜੀ ਬੈਠੀ ਹੈ ਤੇ ਕੁਝ ਕੁ ਦੁਨੀਆਂ ਜਿਹੜੀ ਕਬੱਡੀ ਤੋਂ ਸੱਭਿਆ ਰੌਣਕੂ ਨਾਲ ਆਨੰਦ ਮਾਣਦੀ ਹੈ। ਲੋਪਾਲ ਮਾਲੇ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਆ। ਦਾ ਕੰਮ ਨੇ ਮੈਦਾਨ ਵਿੱਚੋਂ ਭੱਜਣਾ, ਮਰਦ ਗੁਲਾਮ ਕਦੇ ਬਣਦੇ ਨਹੀਂ, ਨਾਰ ਦੇ ਹੱਥੀ ਲਾਈ ਦੁੱਧ ਦੀ ਨੱਕ ਸੁੱਕੀ ਲੋਕੋ ਜਿਹੜੀ ਬਣ ਕੇ ਭਾਂਬੜ ਪੈਂਦੇ ਮੱਝ ਲੋਕੋ ਵਾਲਿਆ, ਮਿਹਨਤ ਨਾਲ ਗੁੱਝੀ ਰਹਿੰਦੀ ਪੱਲੇ ਕਰਵਾਉਂਦੇ ਹੈ। ਅਵਤਾਰ ਜੀਰਕਪੁਰ ਵਾਲਾ ਸਾਡਾ ਵੀਰ ਹੈ, ਜੱਸਾ ਗੋਦਪੁਰੀਆ ਭੀਮਾ ਯੋਧਾ ਗੋਪਾ, ਔਰ ਇੱਧਰ ਮੇਰੇ ਵੀਰੋ ਸ਼ਾਨਦਾਰ ਜੱਥੇ ਦੀ ਗੱਲ ਹੋ ਗਈ ਹੈ, ਕਦੀ ਧਰਤੀ ਦਾ ਜੱਸਾ ਰੇਰ ਪਾ ਰਿਹਾ। ਇੱਕ ਕਣੀ ਦੇ ਨੇਕੂ ਹੈ ਕਲਿਆਣਾ ਦੀ ਧਰਤੀ ਦਾ, ਨਾਲ ਕਿਤੇ ਨਿੰਮੇ ਵਰਗੇ ਤਿਆਰ ਨੇ, ਕੌਣ ਲਾਊ ਜਸਾਂ ਤੇ ਕਦੀ ਆ ਕਲੇਸ਼ ਕਰ ਖਾ ਜਾਂਦੇ ਬਸਦੇ, ਮਰਜਾਂ ਦਾ ਨਾਤਾ ਸਕੇ ਭਾਈਆਂ ਦੇ ਪਿਆਰ ਦਾ ਕੱਟ ਕੇ ਗਰੀਬੀ ਜਿਹੜੇ ਦੇਖੀ ਹੋਈ ਅਮੀਰੀ, ਮੰਗਦੇ ਗਰੀਬ ਤਾਂ ਇੱਥੋਂ ਘਰ ਗੁੱਝੀ ਰਹਿੰਦੀ ਬੋਲਦੀ ਗਰਾਊਂਡਾਂ ਵਿੱਚ, ਕਦੇ ਲੁਕੇ ਨਾ ਲੁਕਾਇਆ ਸੱਚ ਲੋਕੋ ਵਾਲਿਆ, ਕਦੇ ਲੁਕੇ ਨਾ ਲੁਕਾਇਆ ਸੱਚ ਲੋਕੋ ਵਾਲਿਆ। ਲਾਓ ਇੱਕ ਪਾਸੇ ਅਰਸ਼ੀ ਅਰਸ਼ੀ ਹੈ ਤੇ ਅਵਤਾਰ ਹੈ ਜੀਰਕਪੁਰ ਦਾ, ਜਿਹਨੂੰ ਟੱਚ ਕੀਤਾ ਮੇਰੇ ਵੀਰੋ, ਜਦੋਂ ਕੋਈ ਪਲੇਅਰ ਵਧੀਆ ਖੇਡ ਦਿਖਾਉਂਦਾ ਨਾ ਤੇ ਕੋਚ ਦਾ ਮੇਰੇ ਵੀਰੋ ਸੀਨਾ ਚੌੜਾ ਹੋ ਜਾਂਦਾ ਹੈ, ਚੌੜਾ ਹੋ ਜਾਂਦਾ ਹੈ, ਕਿਉਂਕਿ ਪਲੇਅਰਾਂ ਨੂੰ ਪੁੱਤਾਂ ਵਾਂਗ ਪਾਲਦੇ ਨੇ। ਇਹ ਘਰੇ ਤਾਂ ਮੇਰੇ ਵੀਰੋ ਰਾਤ ਕੱਟਣ ਜਾਂਦੇ ਨੇ, 12 ਰੁੱਤ ਕਬੱਡੀ ਦੀ ਗੱਲ ਕਰਦੇ ਆ ਪਲੇਅਰ, ਵੱਡੇ ਵੱਡੇ ਕੱਪ ਕਰਵਾਏ ਜਾਂਦੇ ਆ। ਆ ਨਿੱਕੂ ਕਲਿਆਣਾ ਵਾਲਿਆ, 500 ਰੁਪਈਆ ਤੇਰੇ ਲਈ ਆਪਾਂ ਹੋਰ ਸਾਡੇ ਇੰਦਰਜੀਤ ਦੀ ਰੂਮੀ ਵਾਲੇ ਕਨੇਡਾ ਚ ਬੈਠੇ ਲਾਈਵ ਦੇਖ ਰਹੇ ਆ, ਮੇਨ ਸਪੋਰਟਸਾਂ ਦੇ ਵਿੱਚ ਨਾਂ ਹੈ ਨਵੀਂ ਗਿੱਲ ਦੀ ਰੂਮੀ ਵਾਲੇ, ਤੇ ਕਾਕੋ ਵਾਲਿਆ ਕਰੀ ਗੱਲ ਵੀ ਆਉਂਦੇ ਮੇਰਾ ਵੀਰ। ਐਨਆਰਆਈ ਕਬੱਡੀ ਕਲੱਬ ਨਕੋਦਰ ਵਾਸ ਜੀ ਸ਼ੰਕਰਾਪੁਰੀ ਸਾਧੂ ਵਾਲਾ, ਦੋਨੇ ਟੀਮਾਂ ਨੂੰ ਬੇਨਤੀ ਆ, ਮੈਚ ਬਿਲਕੁਲ ਅੰਤਮ ਪਲਾਂ ਦੇ ਵਿੱਚ ਹੈ। ਕਿੰਨੇ ਕਿੰਨੇ ਪੁਆਇੰਟ ਨੇ, ਉਧਰ ਮਿੱਠਾ ਦਰਿਆਪੁਰੀ ਜੀ ਤੇ ਜੋਹਾਨ ਸਾਹਿਬ ਦੱਸਣ
ਅਗਲੀਆਂ ਗੱਲਾਂ ਸਟੇਟ ਸੈਕਟਰੀ ਸਾਹਿਬ ਅਗਲੇ ਕਮੈਂਟੇਟਰ ਆ ਜਿਹੜੇ ਉਹ ਸਾਂਝੇ ਕਰ ਦਿਓ। ਅੱਜ ਮੇਰੇ ਵੀਰ ਵਧੀਆ ਮੈਚ ਹੋ ਰਹੇ ਨੇ ਇਹ ਸਾਤ ਬਾਬਾ ਈਸਰ ਸਿੰਘ ਕਬੱਡੀ ਕਲੱਬ ਰਾਣਾ ਸਾਹਿਬ ਦੀ ਟੀਮ ਦੇ ਪੁਆਇੰਟ ਰਹੇ ਨੇ 25.5 ਤੇ ਹਰਜੀਤ ਫਰੈਂਡ ਕਬੱਡੀ ਅਕੈਡਮੀ ਪੱਤੋ ਹੀਰਾ ਸਿੰਘ ਦੀ ਟੀਮ ਦੇ ਪੁਆਇੰਟ ਰਹੇ ਨੇ 48। ਪੱਤੋ ਹੀਰਾ ਸਿੰਘ ਦੀ ਟੀਮ ਇਸ ਮੁਕਾਬਲੇ ਦੀ ਜੇਤੂ ਹੈ। ਐਨਆਰਆਈ ਕਲੱਬ ਗੁਰਦੁਆਰਾ ਤੇ ਸ਼ੰਕਰਾਪੁਰੀ ਸਾਧੂਵਾਲਾ ਨਾਮ ਦੀ ਉੱਧਰ ਹਰਿੰਦਰ ਸਿੰਘ ਜੀ ਚੇਕੂਪੁਰ ਤੋਂ ਉਹ ਵੀ ਖੇਡ ਮੇਲੇ ਦੀ ਰੌਣਕ ਨੂੰ ਵਧਾਉਣ ਵਾਸਤੇ ਆਏ ਆ। ਤਹਿ ਦਿਲੋਂ ਧੰਨਵਾਦ ਜਿੰਨੀ ਵੀ ਸੰਗਤ ਆਈ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ। ਆਇਆਂ ਜੀ ਮੈਂ ਕੋਲ ਨੂੰ ਕਰਾਓ ਹਾਂਜੀ ਮਿੱਠਾ ਜੀ ਇਹਨਾਂ ਵੀਰਾਂ ਦਾ ਵੀ ਬਣਦਾ ਮਾਣ ਜ਼ਰੂਰ ਕਰਨਾ। ਇਧਰ ਕੌਣ ਦੁਨੀਆਂ ਦੇ ਚੋਟੀ ਦੇ ਖਿਡਾਰੀ ਮੇਰੇ ਵੀਰ ਪੁੱਜਣ ਜਾ ਰਹੇ ਹੈ। ਪਹਿਲਾ ਸੈਮੀ ਫਾਈਨਲ ਮੁਕਾਬਲਾ ਜਿਹੜਾ ਖੇਡਿਆ ਜਾਣਾ ਦੋ ਟੀਮਾਂ ਦੇ ਦਰਮਿਆਨ ਜਿਹੜੇ ਖਿਡਾਰੀ ਨੇ ਕਹਿੰਦੇ ਪਟਿਆਲੇ ਜ਼ਿਲ੍ਹੇ ਦੇ ਖੇਡ ਦੇ ਪਿੰਡ ਜੋ ਕੰਬਾਈਨ ਜਿੱਤੀ ਹੈ ਉਹ ਖਿਡਾਰੀ ਆ ਗਿਆ ਪੰਨਾ ਬੱਲਾ ਵਾਲਾ ਘਰੇ ਬੱਗਿਆ ਵਾਲਾ ਤਾੜੀਆਂ ਜ਼ੋਰਦਾਰ ਮਾਰ ਦਿਓ। ਦੁਨੀਆਂ ਦੇ ਚੋਟੀ ਦੇ ਖਿਡਾਰੀਆਂ ਦੇ ਪੁੱਜੇ ਹੋਏ ਆ ਪਰਮਜੀਤਪੁਰੇ ਦੀ ਧਰਤੀ ਤੇ। ਇਸ ਕਬੱਡੀ ਕੱਪ ਦੇ ਪ੍ਰਬੰਧ ਵਧੀਆ ਵੱਡਾ ਰਕਮ ਦਾ ਵੱਡਾ ਕਬੱਡੀ ਕੱਪ ਹੈ ਤੇ ਇੱਕ ਵਾਰ ਪ੍ਰਬੰਧ ਕਾਲੀ ਤਾੜੀ ਖੁੱਲ ਕੇ ਮਾਰ ਦੇਵੇ ਵੀਰੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ। 2 ਲੱਖ ਦੀ ਇੱਕ ਜੀਪ ਆਈ ਆ 4 ਲੱਖ ਦੀਆਂ ਜੀਪਾਂ ਨੇ ਮੇਰੇ ਵੀਰੋ ਜੋ ਫਾਈਨਲ ਮੈਚ ਕੀ ਜਾਣਗੀਆਂ। ਪਹਿਲਾ ਪ੍ਰਾਈਜ਼ 1,50,000 ਰੁਪਇਆ ਦੂਜਾ ਪ੍ਰਾਈਜ਼ ਚੇਅਰਮੈਨ ਜੀ 1,00,000 ਰੁਪਇਆ 2.5 ਲੱਖ ਤੇ 4 ਲੱਖ ਇਹ ਪਾ ਲਓ 4 ਤੇ 2.5 6.5 ਲੱਖ ਦਾ ਜੋ ਫਾਈਨਲ ਮੈਚ ਮੇਰੇ ਵੀਰੋ ਉਹ ਖੇਡ ਮੈਦਾਨ ਦੇ ਵਿੱਚ ਹੋਵੇਗਾ। ਗੱਲਾਂ ਵੱਡੀਆਂ ਹੋਈਆਂ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਤੋਂ ਸੱਜੇ ਪਾਸੇ ਜਿੱਧਰਲੇ ਪਾਸੇ ਰੋਡ ਹੈ ਜਿੱਧਰਲੇ ਪਾਸੇ ਸਕੂਲ ਬਣਿਆ ਹੋਇਆ ਉਧਰਲੇ ਪਾਸੇ ਟੀਮ ਜਿਹੜੀ ਹੈ ਸ਼ੰਕਰਪੁਰ ਸਾਧੂਵਾਲਾ ਕਬੱਡੀ ਕਲੱਬ ਫਿਰੋਜ਼ਪੁਰ ਸ਼ੰਮੀ ਅਮੀ ਸ਼ਾਹ ਕਬੱਡੀ ਕਲੱਬ ਹੈ ਜੋ ਕਿ ਸਾਡੇ ਕਬੱਡੀ ਦੇ ਕੋਚ ਨੇ ਵੈਲੀ ਕਬੱਡੀ ਕੋਚ ਸਾਧੂਵਾਲ ਦੇ। ਦੁਨੀਆਂ ਦੇ ਵਿੱਚ ਕੋਈ ਸ਼ਰਾਬ ਦਾ ਵੈਲੀ ਕੋਈ ਭੁੱਖੀ ਦਾ ਵੈਲੀ ਕੋਈ ਫੀਮ ਦਾ ਵੈਲੀ ਪਰ ਜਿਹੜੇ ਇਹ ਵੈਲੀ ਨੇ ਇਹ ਕਬੱਡੀ ਦੇ ਵੈਲੀ ਨੇ ਸੋ ਆਪਣੀ ਟੀਮ ਜਿਹੜੀ ਹੈ ਇਹ ਪਹਿਲੇ ਸੈਮੀ ਮੈਚ ਵਿੱਚ ਲੈ ਕੇ। ਧੰਨਵਾਦ ਮੇਰੇ ਤੋਂ ਖੱਬੇ ਪਾਸੇ ਦੁਨੀਆਂ ਜਾਣ ਚੁੱਕੀ ਹੋਵੇਗੀ ਟੀਮ ਕਿਹੜੀ ਹੈ ਇਹ ਟੀਮ ਹੈ ਐਨਆਈ ਕਬੱਡੀ ਕਲੱਬ ਨਕੋਦਰ। ਦੁਨੀਆਂ ਨੂੰ ਜਿਹਨੂੰ ਜਿਸ ਟੀਮ ਦਾ ਜਿਹਨੂੰ ਇੰਤਜ਼ਾਰ ਸੀ ਬੱਗਿਆਂ ਦਾ ਮੰਗੀ ਵੀ ਆ ਗਿਆ ਜਿਹੜੇ ਮੰਗੀ ਬੱਗੇ ਨੂੰ ਪਿਆਰ ਕਰਦੇ ਤਾੜੀ ਖੁੱਲ ਕੇ ਮਾਰ ਦਿਓ ਮੇਰੇ ਵੀਰੋ ਬੱਗਿਆਂ ਵਾਲਾ ਮੰਗੀ ਉਸਤਾਦ ਪਹੁੰਚਿਆ ਧੰਨਵਾਦ ਹੈ ਵੀਰੋ। 23 ਤਰੀਕ ਨੂੰ ਪਟਿਆਲੇ ਜ਼ਿਲ੍ਹੇ ਵਿੱਚ ਮੈਚ ਹੋਏ ਤੇ ਕੰਪੈਨ ਜਿੱਤੀ ਕਹਿੰਦੇ ਬਾਲਾਂ ਵਾਲਾ ਮੰਨਾ ਪਹੁੰਚਿਆ ਕਿ ਪੰਨੇ ਵਾਸਤੇ ਤਾੜੀ ਮਾਰਦੇ ਮੇਰੇ ਵੀਰੋ ਕੰਪੈਨ ਦਾ ਜੇਤੂ ਮੰਨਾ ਬਾਲਾਂ ਦਾ ਪਹੁੰਚਿਆ। ਜਦੋਂ ਕਬੱਡੀ ਖਾਵੇਗਾ ਗੱਲ ਵਿਸਤਾਰ ਨਾਲ ਕਰਾਂਗੇ। ਲੈ ਬਹੁਤ ਵਧੀਆ ਜੋ ਮੈਚ ਹੈ ਉਹਦੀ ਸ਼ੁਰੂਆਤ ਖੇਡ ਦੇ ਮੈਦਾਨ ਦੇ ਵਿੱਚ ਹੋਣ ਜਾ ਰਹੀ ਹੈ ਕਿ ਖੇਡਦੇ ਆ ਪੂਰੀਆਂ ਤੇ ਖੇਡਦੇ ਖੋਖਰ ਫੌਜੀਆਂ ਵਾਲੇ। ਪਹਿਲੀ ਕਬੱਡੀ ਕਿੰਨੇ ਪਾਈ ਆ ਵੀ ਇਹ ਕੌਣ ਇਹ ਹੈ ਮੁੰਡਾ ਕੰਪੈਨ ਦਾ ਜੇਤੂ ਇਹ ਹੈ ਬਲ ਨਾਂ ਵਾਲਾ ਮੰਨਾ ਕਬੱਡੀ ਪਾ ਰਿਹਾ ਜੋ 2017 ਦੇ ਨਿਊਜ਼ੀਲੈਂਡ ਦੇ ਸੀਜ਼ਨ ਦਾ ਪੂਰੇ ਸੀਜ਼ਨ ਦਾ ਬੈਸਟ ਰੇਟਰ ਨਿਕਲਿਆ ਇਹ ਹੈ ਮੰਨਾ ਬਲ ਨਾਂ ਜਿਹਨੇ ਪਹਿਲੀ ਕਬੱਡੀ ਨਕੋਦਰ ਦੀ ਟੀਮ ਵੱਲੋਂ ਪਾਈ ਹੈ। ਪਹਿਲੀ ਰੇਟ ਤੇ ਬਰਾੜ ਸਾਹਿਬ ਕਹਿੰਦੇ ਕਿ ਨੰਬਰ ਪਹਿਲਾ ਮੰਨਾ ਬਲਨਾਂ ਵਾਲਾ ਆਪਣੀ ਟੀਮ ਅਤੇ ਜੋੜ ਚੁੱਕਾ ਹੈ। ਪਾਣੀ ਦੀ ਜੋ ਇੱਕ ਪਾਣੀ ਦੀ ਪੇਟੀ ਹੈ ਗਲਾਸਾਂ ਵਾਲੀ ਮੇਰੀ ਵੀਰ ਨੂੰ ਬੇਨਤੀ ਹੈ ਡਿਸਪੋਜ਼ਲ ਜੋ ਗਲਾਸ ਨੇ ਪਾਣੀ ਵਾਲੇ ਉੱਥੇ ਮੈਦਾਨ ਦੇ ਚੇਅਰਮੈਨ ਸਾਹਿਬ ਕਹਿੰਦੇ ਪਹੁੰਚੀ ਕਰ ਦਿਓ ਮਿਹਰਬਾਨੀ। ਆਹ ਮੁੰਡਾ ਜਿਹਨੇ ਪਹਿਲੇ ਮੈਚ ਵਿੱਚ ਤਗੜੀ ਕਬੱਡੀ ਪਾਈ ਇਹ ਆ ਕਹਿੰਦੇ ਸੋਨੀ ਜਿਹਦਾ ਘੁਣਸ ਪਿੰਡ ਹੈ ਪੰਜਾਬ ਦੇ ਵੱਡੇ ਕਬੱਡੀ ਕੱਪਾਂ ਦਾ ਵੱਡਾ ਰੇਟਰ ਕਬੱਡੀ ਪਾ ਰਿਹਾ ਸੋਨੀ ਘੁਣਸ ਵਾਲਾ। 2 ਨੰਬਰ ਤੇ ਆਹ ਮੁੰਡਾ ਕਹਿੰਦੇ ਸਿਧਰਾ ਪਿੰਡ ਦਾ ਇਸ ਵੇਲੇ ਇਹ ਹੈ ਕਹਿੰਦੇ ਜਿੰਦਰ ਸਿਧਰਾ ਵਾਲਾ ਜੋ ਢੰਡੋਵਾਲ ਦੇ ਕਬੱਡੀ ਕੱਪ ਦਾ ਬੈਸਟ ਨਿਕਲਿਆ 13 ਫਰਵਰੀ ਦੀ ਗੱਲ। ਲਓ ਸਾਹਮਣੇ ਨੰਬਰ ਸੋਨੀ ਘੁਣਸ ਵਾਲਾ ਆਪਣੀ ਟੀਮ ਅਤੇ ਨੰਬਰ ਦਾ ਵਾਧਾ ਕਰਦਾ ਹੋਇਆ ਆਹ ਕਹਿੰਦੇ ਕੌਣ ਆ ਵੀ ਸਾਨੂੰ ਦੱਸਣ ਦੀ ਨਹੀਂ ਲੋੜ ਅਸੀਂ ਕੌਣ ਹੁੰਦੇ ਹਾਂ ਇਹਦੇ ਵੀ ਰਿਕਾਰਡ ਨੇ ਮੁੰਡੇ ਦੇ ਇਹਦੇ ਚਰਚੇ ਨੇ ਇਹ ਹੈ ਬਲਰਾਮ ਸਿੰਘ ਭੂਰਾ ਬੱਗਿਆਂ ਵਾਲਾ ਬਲਰਾਮ ਸਿੰਘ ਨਾਮ ਹੈ ਲੋਕੀ ਭੂਰਾ ਕਰਕੇ ਜਾਣਦੇ ਮੰਗੀ ਦਾ ਪੇਂਡੂ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਉਹ ਦੂਸਰੇ ਪਾਸੇ ਪਈ ਹੋਰ ਰੇਹ ਦੇ ਉੱਪਰ ਉਹ ਪਈ ਹੋਰ ਰੇਹ
ਤੇ ਸਾਹਮਣੇ ਵੇਖਾਂਗੇ ਫਿਰ ਮੈਦਾਨ ਦੇ ਵਿੱਚ ਇਹ ਅਰਸ਼ ਸਾਰੇ ਵਾਲਾ ਕਮਾਲ ਕਰਦਾ ਹੋਇਆ ਭਾਈ ਹੁਣ ਰਿੱਤ ਤਾੜੀਆਂ ਸਾਰੇ ਮਾਰ ਦਿਓ ਮੇਰੇ ਵੀਰੋ ਜੇ ਜੱਫਾ ਉੱਧਰ ਲੱਗਾ ਤੇ ਜੱਫਾ ਇੱਧਰ ਵੀ ਲੱਗਾ ਅੱਜ ਮੈਚ ਚੇਅਰਮੈਨ ਸਾਹਿਬ ਮੁਬਾਰਕਬਾਦ ਮੇਲਾ ਭਰ ਗਿਆ ਆਹ ਹੈ ਮੁੰਡਾ ਨਰਵੈਰ ਸਿੰਘ ਜਿਹਨੂੰ ਪਿਆਰ ਨਾਲ ਧੋਨੀ ਕਹਿੰਦੇ ਹੈ ਚੜ੍ਹਦੀ ਮੁਕਤਸਰ ਦੀ ਰਾਣੀ ਵਾਲ ਪਿੰਡ ਹੈ ਮੁੰਡੇ ਦਾ ਕਬੱਡੀ ਪਾ ਰਿਹਾ ਚਾਰੀ ਮੁਕਤੀਆਂ ਦੀ ਯਾਦ ਵਿੱਚ ਚੜ੍ਹਦੀ ਮੁਕਤਸਰ ਦੀ ਰਾਤ ਇਹ ਜਾਰੀ ਆਹ ਮੁੰਡਾ ਕਹਿੰਦੇ ਬੱਗਿਆਂ ਦੇ ਮੰਗੀ ਦਾ ਭਤੀਜਾ ਗਿੰਦਾ ਬੱਗਿਆਂ ਵਾਲਾ ਜੋ ਪੱਕੇ ਤੌਰ ਤੇ ਕਹਿੰਦੇ ਆਸਟ੍ਰੇਲੀਆ ਵੱਸ ਗਿਆ ਪਰ ਨੰਬਰ ਨਰਵੈਰ ਸਿੰਘ ਧੋਨੀ ਆਪਣੀ ਟੀਮ ਅਤੇ ਜੋੜਦਾ ਹੋਇਆ ਆਹ ਮੁੰਡਾ ਕਹਿੰਦੇ ਪੰਜਿੰਦਰ ਸੀਟੇ ਵਾਲੀ ਆ ਜਿਹਦਾ ਅੱਜ ਉਲਟ ਮੋਟਰਸਾਈਕਲ ਨਾਲ ਸਨਮਾਨ ਹੋ ਰਿਹਾ ਜੋ ਕਬੱਡੀ ਪਾ ਰਿਹਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਉਹਨਾਂ ਦਾ ਪੇਂਡੂ ਕਬੱਡੀ ਪਾ ਰਿਹਾ ਸੰਤਾਂ ਦਾ ਇਹ ਸਰਕਾਰ ਜੋ ਕਹਿੰਦੇ ਵੀ ਖਿਡਾਰੀ ਕਬੱਡੀ ਪਾ ਰਿਹਾ ਮਨਜਿੰਦਰ ਸਿੰਘ ਸੀਚੇਵਾਲ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਲਓ ਭਾਈ ਹੋਰ ਰੇਡ ਤੇ ਨੰਬਰ ਇਹ ਹੈ ਮਨਜੀਤ ਮਨਜਿੰਦਰ ਸਿੰਘ ਸੀਚੇਵਾਲ ਆਪਣੀ ਟੀਮ ਦੇ ਨੰਬਰ ਦਾ ਵਧਾ ਫਿਰ ਜੀਤ ਨੇ ਪਾਈ ਆ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਇਹ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਇਹ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਜੀਤ ਸਿੰਘ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਉਧਰ ਵਾਹਿਗੁਰੂ ਦੋ ਨੰਬਰ ਤੇ ਜਿੰਦਰ ਸਿੱਧਣਾ ਵਾਲਾ ਜੇਸਰ ਦੇ ਗੁਰਲਾਲ ਵਰਗੇ ਜੇਸਰ ਦੇ ਨਿੱਕੂ ਵਰਗੇ ਜੇਸਰ ਦੇ ਹੈਦੇ ਵਾਲਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਜੇਸਰ ਦੇ ਕਹਿੰਦੇ ਵੀ ਖਿਡਾਰੀ ਦੁਨੀਆਂ ਵਿੱਚ ਪ੍ਰਸਿੱਧ ਨੇ ਸੁਖਮਨ ਵਰਗੇ ਅਰਸ਼ ਵਰਗੇ ਉਸੇ ਪਿੰਡ ਦਾ ਕਹਿੰਦੇ ਚੋਲਾ ਸਾਹਿਬ ਦਾ ਇਹ ਹੈ ਜੋਬਨ ਸਿੰਘ ਮੱਤਾ ਭੋਲੇਗੇ ਵਾਲਾ ਉਹ ਵੱਡਾ ਮੱਤਾ ਤੇ ਆਹ ਮੱਤਾ ਸ਼ਿਕਾਰ ਵਾਲਾ ਜੋ ਲੋਕੀ ਛੋਟਾ ਮੱਤਾ ਕਰਕੇ ਜਾਣਦੇ ਆ ਕਲੀ ਵਾਲਾ ਮੇਰਾ ਵੀਰ ਲਾਈਨਾਂ ਤੇ ਕਲੀ ਪਾ ਦੇਵੇ ਤੇ ਮਿਹਰਬਾਨੀ ਹੈ ਕਲੀ ਵਾਲੇ ਵੀਰ ਨੂੰ ਬੇਨਤੀ ਹੈ ਉਹ ਲਾਈਨਾਂ ਤੇ ਕਲੀ ਪਾ ਦੇਵੇ ਲਓ ਮੱਤਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮਾਜਰਾ ਮਜਾਇਲ ਕਬੱਡੀ ਪਾ ਰਿਹਾ ਦੋ ਨੰਬਰ ਤੋਂ ਆਹੋ ਜਾਣੇ ਕਹਿੰਦੇ ਕਿ ਦੋ ਨੰਬਰ ਦਾ ਧੰਦਾ ਮਾੜਾ ਤੇ ਦੋ ਨੰਬਰ ਦਾ ਬੰਦਾ ਮਾੜਾ ਪਰ ਜੇ ਜੱਫਾ ਦੋ ਨੰਬਰ ਦਾ ਪੈ ਜਾਵੇ ਫਿਰ ਬੱਲੇ ਬੱਲੇ ਹੁੰਦੀ ਹੈ ਫਿਰ ਬੱਲੇ ਬੱਲੇ ਹੁੰਦੀ ਹੈ ਇਹਦੇ ਕੋਚ ਇਸ ਨਗਰ ਦੀ ਸ਼ਾਨ ਪਰਮਿੰਦਰ ਸਿੰਘ ਢਿੱਲਾ ਵਾਲੀ ਕਨੇਡਾ ਵਾਲੇ ਤੇ ਸਾਡੇ ਵੀ ਲਾਡੀ ਜੀ ਕਨੇਡਾ ਉਹਨਾਂ ਦੇ ਵੱਲੋਂ ਹੋਵੇਗਾ ਸਾਡਾ ਦੂਜਾ ਪ੍ਰਾਈਜ ਨਗਰ ਵੱਲੋਂ ਸਾਡੇ ਬਲ ਸਾਹਿਬ ਕਨੇਡਾ ਵਾਲੇ ਤੇ ਉਹਨਾਂ ਵੱਲੋਂ ਇੱਕ ਜੀਪ ਹੋਵੇਗੀ ਤੇ ਦੂਜੀ ਜੀਪ ਜਿਹੜੀ ਹੈ ਸਾਡੇ ਚੇਅਰਮੈਨ ਸਾਹਿਬ ਉਹਨਾਂ ਵੱਲ ਹੋਵੇਗੀ ਸਾਡਾ ਵੀ ਹੈਪੀ ਕਨੇਡਾ ਕਮਲਜੀਤ ਜੂਕੇ ਸਾਬੀ ਜੂਕੇ ਸੋਨੂ ਕਨੇਡਾ ਤੇ ਲਾਡੀ ਕਨੇਡਾ ਵਿਸ਼ੇਸ਼ ਤੌਰ ਤੇ 365 ਜੁੜੇ ਹੋਏ ਹੈ ਸਭ ਦਾ ਧੰਨਵਾਦ ਲਓ ਪਈ ਹੈ ਕਬੱਡੀ ਆਹ ਮੁੰਡਾ ਕਹਿੰਦੇ ਕੰਪੈਨ ਦਾ ਜੇਤੂ ਹੈ ਇਹ ਹੈ ਬਲ ਨੌ ਵਾਲਾ ਬੰਦਾ ਕਬੱਡੀ ਪਾ ਰਿਹਾ ਜਿਸ ਪਿੰਡ ਦਾ ਪੀਪਾ ਕਬੱਡੀ ਖੇਡਦਾ ਹੈ ਜਿਸ ਪਿੰਡ ਦੇ ਸਰ ਮੇਜਰ ਸਿੰਘ ਨੂੰ ਕਹਿੰਦੇ ਦੁਨੀਆਂ ਵਿੱਚ ਸਭ ਤੋਂ ਵੱਡੀ ਤੇ ਸਰਪੰਚ ਦਾ ਮਾਣ ਮਿਲਿਆ ਇਹ ਹੈ ਬਲ ਨੌ ਵਾਲਾ ਬੰਦਾ ਕਬੱਡੀ ਪਾ ਕੇ ਨੰਬਰ ਸਿਕੰਦਰ ਸਾਡਾ ਦੇ ਬਲ ਸਾਹਿਬ ਉਹਨਾਂ ਵੱਲ ਬਸ ਜਾਫੀ ਨੂੰ ਢਿੱਲਣ ਦੀ ਅਜੀਬ ਦੇ ਮਾਨ ਤੇ ਸਮਾਨ ਹੋਣਗੇ ਬਹੁਤ ਸੋਹਣੇ ਘੋੜਸ ਵਾਲਾ ਕਬੱਡੀ ਪਾ ਰਿਹਾ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਕਿ ਸੋਹਣੇ ਗੱਭਰੂ ਦੇ ਪਾਇਆ ਪੜਦੇ ਮੋੜ ਮੁਟਿਆਰੇ ਕਿ ਤੂੰ ਤਾਂ ਗੱਲੇ ਦਿਲ ਤੋੜਦੀ ਮੁੰਡਾ ਅੰਮ੍ਰਿਤ ਤੋੜਦਾ ਤਾਰੇ ਕਿ ਮੁੰਡਾ ਅੰਮ੍ਰਿਤ ਤੋੜਦਾ ਤਾਰੇ ਅੰਮ੍ਰਿਤ ਤਾਰੇ ਤੋੜਨ ਵਾਲਾ ਰੇਡਰ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਲਓ ਪਈ ਹੋਰ ਰੇਡ ਦੇ ਨੰਬਰ ਸੋਹਣੀ ਘੋੜਸ ਵਾਲਾ ਇੱਕ ਵਧੀਆ ਨੰਬਰ ਆਪਣੀ ਟੀਮ ਅੱਜ ਜੁੜਦਾ ਹੋਇਆ ਬਲਰਾਮ ਸਿੰਘ ਭੂਰਾ ਕਬੱਡੀ ਪਾ ਰਿਹਾ ਪੱਗੇ ਪਿੰਡ ਵਾਲਾ ਆਹ ਮੁੰਡਾ ਕਹਿੰਦੇ ਪੱਕੇ ਤੌਰ ਤੇ ਅਮਰੀਕਾ ਵੱਸ ਗਿਆ ਜੋ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਲਓ ਪਈ ਹੋਰ ਰੇਡ ਦੇ ਨੰਬਰ ਪੂਰਾ ਪੱਗਿਆਂ ਵਾਲਾ ਨਰਵੈਰ ਸਿੰਘ ਧੋਨੀ ਪਾ ਰਿਹਾ ਧੋਨੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਰਾਣੀਵਾਲ ਪਿੰਡ ਮੁੰਡੇ ਦਾ ਜੋ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਉਧਰ ਵਾਹਿਗੁਰੂ ਜਿੰਦਰ ਬੱਗਿਆਂ ਦਾ ਮੱਗੀ ਤੇ ਨਾਲ ਪੱਪੂ ਭਿੰਡਰਾਂ ਵਾਲਾ ਚਾਰ ਜਾਫੀ ਪਿਆਰ ਨੇ ਖੇਡ ਦੇ ਮੈਦਾਨ ਦੇ ਵਿੱਚ ਲਓ ਇੱਕ ਨੰਬਰ ਤੋਂ ਆਹ ਹੈ ਵਾਹਿਗੁਰੂ ਸੀਚੇਵਾਲ ਦਾ ਸੀਚੇਵਾਲ ਦੇ ਦੋ ਖਿਡਾਰੀ ਕਬੱਡੀ ਖੇਡਰ ਸਿੰਘ ਹੈ ਜਿਹਦਾ ਅੱਜ ਕਹਿੰਦੇ ਬੁਲਟ ਦੇ ਨਾਲ ਮਾਨ ਸਨਮਾਨ ਹੋਣਾ ਇੱਕ ਮਾਨ ਸਨਮਾਨ ਅੰਕਿਤ ਦਾ ਹੋਣਾ ਤੇ ਇੱਕ ਇਹਦਾ ਹੋਣਾ ਜੋ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਮਨਜਿੰਦਰ ਸਿੰਘ ਉੱਧਰ ਚਾਰ ਜਾਫੀ ਪਿਆਰ ਨੇ ਖੇਡ ਦੇ ਮੈਦਾਨ ਦੇ ਵਿੱਚ ਚਾਹਾਂ ਦੇ ਉੱਪਰ ਬੋਲਿਆ ਹੈ ਤਾਵਾ ਤੇ ਸਾਹਮਣੇ ਲਓ ਪਈ ਹੋਈ ਰੇਡ ਜਗਤਾਰ ਧਨੌਲਾ ਜੀ ਇਸ਼ਾਰਾ ਕਰ ਗਿਆ ਹੈ ਕਿ 2000 ਦਾ ਜੁਰਮਾਨਾ ਹੈ ਅੱਠ ਜੁਰਮਾਨਾ ਦੇ ਗੋਦਰ ਦੀ ਟੀਮ ਨੂੰ ਹੋ ਗਿਆ ਕਿੱਟ ਪ੍ਰੋਪਰ ਨਹੀਂ ਲਓ ਅਗਲੀ ਕਬੱਡੀ ਪੈ ਚੁੱਕੀ ਆਹ ਜਾਫੀ ਕਹਿੰਦੇ 2017 ਦੇ ਜਿਹਨੇ ਕਨੇਡਾ ਧੰਨ ਧੰਨ ਕਰਾਈ ਇਹ ਹੈ ਬੱਬੂ ਭਿੰਡਰਵਾਲ ਜੱਫਾ ਲਾ ਰਿਹਾ ਆਪਣੀ ਟੀਮ ਅੱਗੇ ਜੋੜ ਚੁੱਕਾ ਹੈ ਆਹ ਹੈ ਜੋਬਨ ਚੋਲੇਵਾਲ ਚੋਲਾ ਸਾਹਿਬ ਦੀ ਧਰਤੀ ਜ਼ਿਲ੍ਹਾ ਤਰਨ ਤਾਰਨ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਧਰਤੀ ਹੈ ਕਿ ਅੱਗ ਵਾਲੇ ਲਾਂਬੂ ਜਦ ਚੜ੍ਹੇ ਅਸਮਾਨਾਂ ਨੂੰ ਸਿਖਰ ਦੇ ਪੈਰੇ ਤਾਲੇ ਵੱਜ ਕੇ ਦੁਕਾਨਾਂ ਨੂੰ ਹੋਰ ਕੰਬਿਆ ਅਗਲੀ ਕਬੱਡੀ
ਕਹਿੰਦੇ ਸ਼ਿਕਾਰ ਮਾਸੀਆ ਪਿੰਡ ਹੈ ਮੁੰਡੇ ਦਾ ਤੇ ਜ਼ਿਲ੍ਹਾ ਗੁਰਦਾਸਪੁਰ ਜੋ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਉਧਰ ਵੈਲੀ ਤੋਂ ਦਾ ਜ਼ੋਰ ਲੱਗਿਆ ਹੋਇਆ ਕਿ ਸਾਡੀ ਟੀਮ ਜਿੱਤੇ ਇੱਧਰ ਕਹਿੰਦੇ ਵੀ ਬਲੇਰਾਂ ਵਾਲੇ ਬੋਲੇ ਦਾ ਜ਼ੋਰ ਲੱਗਿਆ ਹੋਇਆ ਕਿ ਸਾਡੀ ਟੀਮ ਜਿੱਤੇ ਤਾਂ ਪਈ ਹੋਰ ਰੇਰ ਮੱਤੇ ਦੀ ਤੇ ਸਾਹਮਣੇ ਕਹਿੰਦੇ ਵੀ ਜੱਫਾ ਲੱਗਿਆ ਤੇ ਵਾਹਿਗੁਰੂ ਸੀਤੇਵਾਲ ਇਹਦੇ ਨਾਲ ਬਲ ਨਾ ਮਲ ਫਿਰ ਮੈਦਾਨ ਦੇ ਵਿੱਚ ਕੰਪੈਨ ਦਾ ਜੇਤੂ ਕਬੱਡੀ ਪਾ ਰਿਹਾ ਉਸ ਦਿਨ ਜਲਾਲਪੁਰ ਦਾ ਪਾਲਾ ਬੈਸਟ ਬਣਿਆ ਤੇ ਮੰਨਾ ਬੈਸਟ ਲੀਡਰ ਬਣਿਆ ਵੱਡੇ ਮਾਣ ਮਿਲੇ ਲੋ ਪਈ ਹੋਰ ਰੇਲ ਸਾਹਮਣੇ ਫਿਰ ਦੇ ਮੈਦਾਨ ਦੇ ਵਿੱਚ ਚਾਰ ਜਾਫੀ ਤਿਆਰ ਨੇ ਆਹ ਜਾਫੀ ਕਹਿੰਦੇ ਢੱਲੇ ਕੇ ਵਾਲਾ ਚਰਨਾ ਜਿਹਨੇ ਟਰਾਈ ਕੀਤੀ ਦੇ ਨੰਬਰ ਮੰਨਾ ਬਲ ਨੌ ਵਾਲਾ ਚ ਉੱਧਰ ਚਾਰ ਜਾਫੀ ਤਿਆਰ ਨੇ ਪੰਮਾ ਫਤਿਹਪੁਰੀਆ ਨਾਲ ਕਿਤੇ ਜਿੰਦਰ ਬੰਗਿਆਂ ਦਾ ਮੰਗੀ ਤੇ ਨਾਲ ਕਿਤੇ ਵੀ ਸਾਹਮਣੇ ਬੱਬੂ ਭਿੰਡਰ ਚਾਰ ਜਾਫੀ ਤਿਆਰ ਨੇ ਖੇਡ ਦੇ ਮੈਦਾਨ ਦੇ ਵਿੱਚ ਚਾਹਾਂ ਦੇ ਉੱਪਰ ਧਾਵਾ ਬੋਲਿਆ ਹੋਇਆ ਆਹੋ ਬੱਬੂ ਭਿੰਡਰਾ ਬੱਲੇ 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 ਖੇਡ ਦੇ ਮੈਦਾਨ ਦੇ ਵਿੱਚ ਪਹਿਲਾ ਸੈਮੀ ਮੈਚ ਖੇਡਿਆ ਜਾ ਰਿਹਾ ਇੱਕ ਪਾਸੇ ਆ ਸ਼ੰਕਰਪੁਰੀ ਸਾਧੂ ਵਾਲਾ ਅੰਮੀ ਸ਼ਾਂ ਕਬੱਡੀ ਕਲੱਬ ਮੇਦ ਸੱਜੇ ਪਾਸੇ ਤੇ ਲਹਿੰਦੇ ਪਾਸੇ ਟੀਮ ਐਨ ਆਰ ਕਬੱਡੀ ਕਲੱਬ ਗੋਦਰ ਦਾ ਤੇ ਪਹਿਲਾ ਸੈਮੀ ਮੈਚ ਖੇਡ ਦੇ ਮੈਦਾਨ ਦੇ ਵਿੱਚ ਚੜ੍ਹਦਾ ਹੋਇਆ ਕਿ ਮਹਿਫਲ ਦੀ ਜਿੰਦ ਜਾਨ ਪੰਜਾਬੀ ਸ਼ੇਰ ਨੇ ਗੱਲਾਂ ਨੂੰ ਕਿ ਕਿੱਧਰ ਸ਼ੇਰ ਨਹੀਂ ਬਾਂਧੇ ਕਦੇ ਰੰਗਾ ਕੇ ਖੱਲਾਂ ਨੂੰ ਖੁਦ ਗੁਰਦਾਰ ਨੇ ਜੋ ਕਹਿੰਦੇ ਗੁਰਦਾਰ ਪੰਜਾਬੀ ਹੈ ਮੇਰਾ ਪਿਆਰ ਪੰਜਾਬੀ ਹੈ ਮੇਰਾ ਪਿਆਰ ਪੰਜਾਬੀ ਹੈ ਆਹ ਹੈ ਕਹਿੰਦਾ ਬੱਗਿਆਂ ਵਾਲਾ ਮੰਗੀ ਦਾ ਪਗਦੇ ਭਤੀਜਾ ਹੈ ਮੰਗੀ ਬੱਗਿਆਂ ਵਾਲੇ ਨੇ ਕਹਿੰਦੇ ਅੱਧੇ ਪਿੰਡ ਨੂੰ ਕਬੱਡੀ ਖੇਡਣ ਲਾ ਦਿੱਤਾ ਲੈ ਵੀ ਸ਼ੇਰ ਦਾ ਤਾੜੀ ਸਾਰੇ ਮਾਰ ਦਿਓ ਮੇਰੀ ਵੀਰਿਓ ਇਹ ਹੈ ਬੱਗਿਆਂ ਦਾ ਮੰਗੀ ਦਾ ਭਤੀਜੇ ਪਤਿਓਲਾ ਸਾਹਿਬ ਨਗਰ ਹੈ ਤੇ ਤਰਨ ਤਰਨ ਜ਼ਿਲ੍ਹਾ ਜੋ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਇੱਧਰ ਸਾਡਾ ਵੀਰ ਜੀਤਾ ਪ੍ਰਧਾਨ ਖੁਸ਼ ਹੈ ਉਧਰ ਰਿੰਕੂ ਜੀ ਖੁਸ਼ ਨੇ ਦਰਸ਼ਨ ਸਿੰਘ ਜੀ ਖੁਸ਼ ਨੇ ਨਿਰਮਲ ਸਿੰਘ ਜੀ ਖੁਸ਼ ਨੇ ਰਾਮ ਸਿੰਘ ਜੀ ਖੁਸ਼ ਨੇ ਤੇ ਇੱਧਰ ਪਈ ਹੋਈ ਰੇਤ ਦੇ ਨੰਬਰ ਹੱਦ ਬੱਦਲ ਸੀ ਤੇ ਡਰ ਲੱਗਦਾ ਸੀ ਕਿਤੇ ਮੀਂਹ ਨਾ ਪੈ ਜਾਵੇ ਪਰ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਬੜਾ ਵਧੀਆ ਦਿਨ ਲੱਗਾ ਤੇ ਵਧੀਆ ਮੈਚ ਖੇਡ ਮੈਦਾਨ ਦੇ ਵਿੱਚ ਖੇਡ ਜਾ ਰਹੇ ਨੇ ਅੱਜ ਗੁਰੂ ਘਰ ਲੰਗਰ ਵੀ ਸਾਡੇ ਰੈਂਪੂ ਜੀ ਜੋ ਕੈਪਟਨ ਸਟੋਰੀ ਦੇ ਪ੍ਰਧਾਨ ਹੈ ਸੂਤ ਸਿੰਘ ਨਾਮ ਹੈ ਪਰ ਦੁਨੀਆ ਰੈਂਪੂ ਕਰਕੇ ਜਾਣ ਦਾ ਸ਼ਿਕਾਇਤ ਜ਼ਰੂਰ ਕਰਾਂਗੇ ਤਾਂ ਸਾਹਮਣੇ ਕਬੱਡੀ ਪਾ ਰਿਹਾ ਬਲ ਨਾ ਵਾਲਾ ਮੰਨਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਕਿ ਚੌਹਾਂ ਕੰਨੀਆਂ 'ਚ ਪਿਆਰ ਤੇਰਾ ਬੰਨੀ ਬੈਠੀ ਆ ਤੈਨੂੰ ਕੀ ਪਤਾ ਫਿਰ ਰੱਬ ਤੈਨੂੰ ਮੰਨੀ ਬੈਠੀ ਆ ਚੌਹਾਂ ਕੰਨੀਆਂ 'ਚ ਪਿਆਰ ਤੇਰਾ ਬੰਨੀ ਬੈਠੀ ਆ ਇੱਕ ਤੇ ਦੋ ਫੱਤੇ ਹੋਣਗੇ ਜਿੱਥੇ ਜ਼ਿਲ੍ਹਿਆਂ ਦੇ ਮੁਕਾਬਲੇ ਹੋਣਗੇ ਪੰਜਾਬ ਦੇ 22 ਜ਼ਿਲ੍ਹਿਆਂ ਦੇ ਮੁਕਾਬਲੇ ਨਨਕਪੁਰ ਦੀ ਧਰਤੀ ਦੇ 1 ਮਾਰਚ ਤੇ 2 ਮਾਰਚ ਹੋਣਗੇ ਉਹ ਸਾਹਮਣੇ ਸੋਨੀ ਕੋਟ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਇੱਕ ਕੰਨੀ ਦੇ ਬੱਗਿਆਂ ਦਾ ਮੰਗੀ ਤਾਂ 2 ਨੰਬਰ ਤੇ ਪੰਮਾ ਫਤਿਹਪੁਰੀ ਆ ਜਿਸ ਦਿਨ ਦਾ ਜੱਸਾ ਫਤਿਹਪੁਰੀ ਆ ਗੀਤਕਾਰ ਹੈ ਤੇ ਕੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਕਿ ਪੈਂਦੀਆਂ ਕਬੱਡੀਆਂ ਨੇ ਚੜ੍ਹ ਚੜ੍ਹ ਕੇ ਵੇਖ ਦਾ ਜਮਾਨਾ ਸਾਰਾ ਖੜ ਖੜ ਕੇ ਪੈਂਦੀਆਂ ਕਬੱਡੀਆਂ ਨੇ ਚੜ੍ਹ ਚੜ੍ਹ ਕੇ ਬਲਰਾਮ ਸਿੰਘ ਭੂਰਾ ਕਬੱਡੀ ਪਾ ਰਿਹਾ ਫਿਰ ਮੈਦਾਨ ਦੇ ਦੂਸਰੇ ਪਾਸੇ ਖਾਰੇ ਵਾਲਾ ਬੱਗਿਆਂ ਵਾਲਾ ਖਾਰੇ ਵਾਲਾ ਬੱਗਿਆਂ ਵਾਲਾ ਮੈਦਾਨ ਦੇ ਵਿੱਚ ਜ਼ਿੰਦਗੀ ਜੀਵਨ ਹੈ ਜੀਵਨ ਜ਼ਿੰਦਗੀ ਹੈ ਜਿਵੇਂ ਸੁਰਜੀਤ ਪਾਤਰ ਨੇ ਲਿਖਿਆ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਦਾ ਰਾਹ ਬਣਦੇ ਨੇ ਲਓ ਆਪਣੇ ਰਾਹ ਆਪ ਚੜ੍ਹ ਚੜ੍ਹਦਾ ਹੋਇਆ ਫਿਰ ਮੈਦਾਨ ਦੇ ਵਿੱਚ ਵੱਡੀ ਜਾਫਲਿਆਂ ਦੇ ਸਾਹਮਣੇ ਵੱਡੇ ਜਾਫੀ ਨੇ ਲਓ ਖਿਡਾਰੀ ਨੇ ਵਧੀਆ ਕੋਸ਼ਿਸ਼ ਕੀਤੀ ਤੇ ਨੰਬਰ ਦਾ ਵਾਧਾ ਆਪਣੀ ਟੀਮ ਅਤੇ ਗੱਲ ਸਿੰਘ ਜੀ ਲੋਦੀਵਾਲ ਸੋਨੀ ਮੋਠਾਵਾਲ ਜੋਗੇ ਬੱਬੂ ਤਲਵੰਡੀ ਜੀ ਤੇ ਮਾਲ ਸਿੰਘ ਜੀ ਪਟਵਾਰੀ ਸਾਹਿਬ ਪ੍ਰਧਾਨ ਸਾਹਿਬ ਪਹੁੰਚੇ ਨੇ ਧੰਨਵਾਦ ਜੀ ਆਇਆਂ ਨੂੰ ਉਧਰ ਗੁਰਜੀਤ ਸਿੰਘ ਜੀ ਚੰਡ ਵਾਟਾਂ ਵਾਲੀ ਵਾਲੇ ਪਹੁੰਚੇ ਹੋਏ ਫਿਰ ਪ੍ਰਮੋਟਰ ਜੋਗੇ ਵਾਲੇ ਵੱਡਾ ਧੰਨਵਾਦ ਲਓ ਪਈ ਹੋਰ ਰੇਲ ਦੇ ਸਾਹਮਣੇ ਇਹ ਹੈ ਮਨਜਿੰਦਰ ਸੀਤੇ ਵਾਲੀ ਆ ਜਿੰਨੇ ਕਹਿੰਦੇ 2017 ਦੇ ਵਿੱਚ ਸਾਡੇ ਵੀ ਸੋਢੀ ਸਾਡਾ ਵੀ ਚੈਂਪੀਅਨ ਨਿੱਕਾ ਕੌੜਾ ਮਨਦੀਪ ਕੌੜਾ ਹਰਮਨਦੀਪ ਸਿੰਘ ਜੱਸ ਸਾਈਕਲ ਤੇ ਕਮਲ ਮੇਰਾ ਵੀਰ ਤੇ ਵੱਡੇ ਪ੍ਰਬੰਧਕਾਂ ਨੇ ਨੌਜਵਾਨਾਂ ਦਾ ਧੰਨਵਾਦ ਲਓ ਅਗਲੀ ਕਬੱਡੀ ਫਿਰ ਵਿੱਚ ਮੈਦਾਨ ਦੇ ਕਹਿੰਦੇ ਪੈ ਚੁੱਕੀ ਹੈ ਤੇ ਸਾਹਮਣੇ ਪੰਮਾ ਦਾ ਇਹ ਜਾਫੀ ਆਹ ਹੈ ਕਹਿੰਦੇ ਫਿਰ ਮੈਦਾਨ ਦੇ ਵਿੱਚ ਇਹ ਹੈ ਕਹਿੰਦੇ ਸੀਤੇ ਵਾਲੀ ਆ ਪਹਿਲਾਂ ਮੈਨੂੰ ਭੁਲੇਖਾ ਲੱਗ ਗਿਆ ਸੀ ਕਿਉਂਕਿ ਇੱਕੋ ਜਿਹੇ ਚਿਹਰੇ ਨੇ ਲਓ ਬੱਲੇ 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 ਕਬੱਡੀ 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 ਦਰਸ਼ਕਾਂ ਨੇ ਆਪ ਜੀ ਸਾਹਿਬ
ਨਹੀਂ ਬਾਹਰ ਜਾਂਦੇ ਮੁੰਡੇ ਦੀ 21-22 ਸਾਲ ਦੀ ਉਮਰ ਹੈ। ਫੌਜ ਸੁਰੱਖਿਆ ਕਾਨੂੰਨ ਸੁਗਲੀ ਇੱਕ ਵਾਰ ਅੰਕਲ ਸਾਹਮਣੇ ਦੇਖੋ ਜਰਾ ਸਫਾਈ ਹੋ ਗਈ ਸਾਹਮਣੇ ਸਾਹਮਣੇ ਜਿੱਦਾਂ ਕਿਹੜਾ ਸਾਹ ਲੱਗਦਾ ਜਿਹੜੀਆਂ ਦੀਆਂ ਨੇ ਜੱਫੇ ਲੱਗਦੇ ਨੇ ਤਾਂ ਅਗਲੀ ਕਬੱਡੀ ਮੰਨਾ ਭਰ ਲਓ ਫਿਰ ਦੇ ਮੈਦਾਨ ਵਿੱਚ ਪਾ ਰਿਹਾ ਅਗਲਾ ਜੋ ਸੈਮੀ ਮੈਚ ਹੈ ਪੱਤੋ ਹੀਰਾ ਸਿੰਘ ਤੇ ਗੁਰਦੁਆਰਾ ਸੁਖਜੈਨ ਆਲਾ ਕਬੱਡੀ ਕਲੱਬ ਫਗਵਾੜ ਇਹ ਟੀਮਾਂ ਨੂੰ ਗੇਂਦੀ ਹੈ ਜੋ ਟੀਮਾਂ ਫਿਰ ਮੈਦਾਨ ਵਿੱਚ ਆਉਣਗੀਆਂ ਟੀਮ ਕਰੀ ਸਾਧੂ ਸਿੰਘ ਦੀ ਬਿਆਸ ਸਾਹਿਬ ਦੀ ਟੀਮ ਖੇਡੇਗੀ ਤੇ ਦੂਸਰੇ ਪਾਸੇ ਕ੍ਰਿਕਟ ਸੰਜੀਵ ਪੰਡਤ ਨੂੰ ਗੇਂਦੀ ਮੇਰੀ ਵੀਰ ਨੂੰ ਉਹ ਟੀਮ ਫਿਰ ਮੈਦਾਨ ਵਿੱਚ ਲੈ ਕੇ ਆਉਣਗੇ ਬਹੁਤ ਸੋਹਣੀ ਘੋਸ਼ ਕਬੱਡੀ ਪਾ ਰਿਹਾ ਹੈ ਫਿਰ ਦੇ ਮੈਦਾਨ ਦੇ ਵਿੱਚ ਉੱਧਰ ਚਾਰ ਜੋ ਕਿ ਤਿਆਰ ਨੇ ਬਿਲਕੁਲ ਚਾਹਾਂ ਦੀ ਰਨ ਇੱਕੀ ਤਿਆਰ ਹੈ ਕਿ ਰਨ ਜਿੱਤਣ ਨੂੰ ਸੂਰਮਾ ਲੋਕੋ ਰਹੇ ਹਰ ਵੇਲੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਦਰਜੇਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਦਰਜੇਵਾਰ ਚਾਲੀ ਬਰਰਾਮ ਸਿੰਘ ਪਾ ਕਬੱਡੀ ਬਰਰਾਮ ਵਿਰੋਧ ਧੰਨਵਾਦ ਕਰਦਾ ਹੈ ਬਹੁਤ ਸਾਊ ਕਬੱਡੀ ਦੇ ਵਿੱਚ ਕਬੱਡੀ ਪਾ ਰਿਹਾ ਹੈ ਬਰਰਾਮ ਸਿੰਘ ਪੂਰਾ ਪੱਕਿਆਂ ਵਾਲਾ ਜੋ ਪੱਕੇ ਤੌਰ ਤੇ ਅਮਰੀਕਾ ਵਸਦੇ ਆ ਬੱਗਾ ਪਿੰਡ ਮੰਗੀ ਨੇ ਮਸ਼ਹੂਰ ਕੀਤਾ ਤੇ ਮੰਗੀ ਦਾ ਪੇਂਡੂ ਕਬੱਡੀ ਪਾ ਰਿਹਾ ਉਧਰ ਥਾਰੇ ਵਾਲਾ ਭੱਲੇ 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 ਇਧਰ ਪੱਕਿਆਂ ਵਾਲਾ ਥਾਰੇ ਵਾਲਾ ਹੋ ਦੌੜ ਲੱਗਦੀ ਹੋਈ ਤੇ ਨੰਬਰ ਰਾਮ ਸਿੰਘ ਪੂਰਾ ਪੱਕਿਆਂ ਵਾਲਾ ਕੋਈ ਟੀਮ ਅਤੇ ਨੰਬਰ ਦਾ ਵਧ ਕਰਦਾ ਹੋਇਆ ਸੁਖਾ ਢੋਗ ਸੋਰਨ ਧੰਨਵਾਦ ਵੱਡਾ ਕਬੱਡੀ ਕੋਚ ਬਣ ਗਿਆ ਮੇਰਾ ਵੀਰ ਜਿਹਨੇ ਢੋਗ ਸੋਰਨ ਨੂੰ ਮਸ਼ਹੂਰ ਕੀਤਾ ਉਹ ਜੀਵਨ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਜੀਵਨ ਦੇ ਵੀ ਕਿਤੇ ਚਾਚੇ ਨੇ ਮੁੱਠੀ ਪਰ ਸਰੀਰ ਹੈ ਪਰ ਇਹਦੇ ਵਾਹਿਗੁਰੂ ਦੀ ਕਿਰਪਾ ਹੈ ਗੁਰਬਾਣੀ ਨੇ ਬਿਆਨ ਕੀਤਾ ਰਾਮ ਵਧਾਵੇ ਸੋ ਬੰਦੇ ਪਰ ਭਗਵਾਨ ਦੇ ਇੱਕ ਪਾਸੇ ਮੰਗੀ ਕਿੰਗ ਅਭੀ ਮੁੜਿਆ ਤੇਰੇ ਬੱਲੇ ਬੱਲੇ ਕਹੋ ਕਿ ਮੰਗੀ ਕੋ ਨੰਬਰ ਲੈਣਾ ਵੱਡੀ ਗੱਲ ਹੁੰਦੀ ਹੈ ਇਹ ਵੀ ਪੂਰਾ ਜੀਵਨ ਕੀ ਮੰਗੀ ਕੋ ਇਹ ਵੱਡੀ ਗੱਲ ਹੁੰਦੀ ਹੈ ਤਾਂ ਮੰਗੀ ਕਬੱਡੀ ਵੱਡੀ ਪਾ ਰਿਹਾ ਕਿ ਸੁੱਖਾ ਪੰਜਵਾਂ ਵਾਲਾ ਸੁੱਖ ਦਾ ਪੰਜਵਾਂ ਕਾ ਪਿੰਡ ਬਿਲਕੁਲ ਸ਼ਾਹਪੁਰ ਦੇ ਲਾਗੇ ਸ਼ਾਹਪੁਰ ਤੋਂ ਕਹਿੰਦੇ ਵੀ ਰੋਡ ਦੇ ਉੱਪਰ ਪਿੰਡ ਹੈ ਬਿਲਕੁਲ ਸ਼ਾਹਪੁਰ ਤੋਂ ਧਰਮਪੁਰ ਰੋਡ ਦੇ ਉੱਪਰ ਪਿੰਡ ਹੈ ਬਜਵਾਂ ਕਲਾ ਤੇ ਸੁੱਖਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਤਾਂ ਬਾਹਰ ਪਲਾਰ ਦੇ ਧਰਕੇ ਵਾਲਾ ਟੀਮਾਂ ਦੇ ਪਲਾਰ ਤੋਂ ਸਕੇ ਪਲਾਰ ਕਬੱਡੀ ਅਗਲੇ ਮੈਚ ਦੀਆਂ ਟੀਮਾਂ ਹੋਰਗੀਆਂ ਵਿੱਚ ਵੇਖਦੀ ਹੈ ਦੋਨੋਂ ਟੀਮਾਂ ਜਲਦੀ ਖੇਡ ਦੇ ਮੈਦਾਨ ਵਿੱਚ ਆਉਣਗੀਆਂ ਤਾਂ ਅਗਲੀ ਕਬੱਡੀ ਜੀ ਸਿੰਘ ਨੇ ਪਾਈ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਚੁੰਗਦੇ ਆ ਬੂੜੀਆਂ ਤੇ ਖੇਡਦੇ ਕਬੱਡੀ ਆ ਵਧੀਆ ਮੈਚ ਚੱਲਦੇ ਹੋਏ ਫਰਮਜੀਪੁਰ ਦੀ ਧਰਤੀ ਚੱਪਾ 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 ਮਹਿਕਿਆ ਹੋਇਆ ਉਹ ਪਾਈ ਹੋਈ ਟੈਂਕੀ ਦੇ ਨੰਬਰ ਦਾ ਫੀਡਰ ਨੰਬਰ ਦਾ ਫੀਡਰ ਉਹਨਾਂ ਦੇ ਇਹਨਾਂ ਸਾਧਿਆਂ ਨੇ ਪੀਪੇ ਘਿਓ ਦੇ ਬਦਾਮਾਂ ਦੇ ਰਹਿੰਦੇ ਨੇ ਜੋਰ ਸਾਨਾਂ ਦੇ ਤੇ ਖੇਲਣਗੇ ਆ ਕੇ ਵਿੱਚ ਮੈਦਾਨਾਂ ਦੇ ਖੇਲਣਗੇ ਆ ਕੇ ਵਿੱਚ ਮੈਦਾਨਾਂ ਦੇ ਬਾਬਾਈ ਹੋ ਰੇਡ ਦਾ ਨੰਬਰ ਜੋਗਣ ਚੋਲੇ ਵਾਲਾ ਮਹੀਨੇ ਦੀਆਂ ਤਲਵੰਡੀ ਤੇ ਕਬੱਡੀ ਕੰਪਨੀਆਂ ਹੋਣਗੀਆਂ ਜਿੱਥੇ ਕੈਫੀ ਰੇਡਰ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਕੱਲ੍ਹ 1 ਤਰੀਕ ਹੈ ਇੱਕ ਦਿਨ ਖਿੱਦਰ ਪਿੰਡੀ ਦੇ ਮੇਲੇ ਦੀ ਤੇ ਕਬੱਡੀ ਟੂਰਨਾਮੈਂਟ ਦੀ ਹੋਣਗੀ ਸੱਜੇ ਹੋਣਗੇ ਆਪ ਸਭ ਨੂੰ 10 ਤਰੀਕ ਸੁੱਖੇ ਤਾਲੀਆਂ ਮੈਂ ਵੀ ਜੀਵਨ ਤੇ ਮੰਗੀ ਵੀ ਹੱਥ ਹੋਇਆ ਬੱਲੇ 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 ਮੰਗੀ ਵਧੀਆ ਖੇਡਦੇ ਕਰਦੇ ਆਪਣੀ ਦੁਨੀਆਂ ਉਸਤਾਦ ਕਰਕੇ ਜਾਣਦੀ ਹੈ ਇਹ ਗੱਲਾਂ ਵਧੀਆ ਨੇ ਤਾਂ ਨੰਬਰ ਰੇਟਰ ਦਾ ਅਗਲੀਆਂ ਟੀਮਾਂ ਮੇਰੀ ਬੇਨਤੀ ਹੈ ਫਗਵਾੜਾ ਤੇ ਪੱਤੋ ਹੀਰਾ ਸਿੰਘ ਜਲਦੀ ਟੀਮਾਂ ਫਿਰ ਮੈਦਾਨ ਵਿੱਚ ਆਉਣਗੀਆਂ ਜੋ ਅਗਲਾ ਮੁਕਾਬਲਾ ਹੋਵੇਗਾ ਟੀਮਾਂ ਨੂੰ ਬੇਨਤੀ ਹੈ ਟੀਮਾਂ ਜਲਦੀਆਂ ਫਿਰ ਦੇ ਮੈਦਾਨ ਵਿੱਚ ਆਉਣਗੀਆਂ ਲੋਕੀ ਹੱਸਦੇ ਨੇ ਲੋਕਾਂ ਦੇ ਚਿਹਰਿਆਂ ਦੀ ਹਾਸਾ ਕਿਉਂਕਿ ਮੈਚ ਬਹੁਤ ਵਧੀਆ ਲੋਕਾਂ ਦੇ ਚਿਹਰਿਆਂ ਦੇ ਇਹ ਵੀ ਗੱਲ ਛਾਈ ਹੋਈ ਹੈ ਕਿ ਸ਼ਾਮਾਂ ਨੂੰ ਜਿਹੜੇ ਔਰ ਸਾਹਮਣੇ ਕਬੱਡੀ ਸੋਹਣੀ ਘੋਸਲਾ ਕਬੱਡੀ ਪਾ ਰਿਹਾ 9:00 ਤੇ ਕੱਲ੍ਹ 9 ਤੋਂ ਲੈ ਕੇ 4 ਵਜੇ ਤੱਕ ਖੇਡ ਪੈਂਦੀ ਵਿੱਚ ਰੋਟਰੀ ਕਬੱਡੀ ਕਾਬਜ ਵੱਲੋਂ ਜੋ ਖੂਨਦਾਨ ਕੈਂਪ ਹੈ ਉਹ ਲਗਾਇਆ ਜਾਵੇਗਾ ਸਭ ਨੂੰ ਬੇਨਤੀ ਕੀ ਆਪਾਂ ਵੱਧ ਵੱਧ ਖੂਨਦਾਨ ਕਰਾਂਗੇ ਸਾਡੇ ਪਿੰਡਾਂ ਦੋਸਤਾਂ ਦੀ ਬੇਨਤੀ ਕਰ ਰਹੇ ਹੈ ਬਾਈ ਹੋ ਰੇਟ ਦੇ ਨੰਬਰ ਤੇ ਪਹੁੰਚੇ ਹੋਏ ਤਾਂ ਅਗਲੀ ਕਬੱਡੀ ਸੁੱਖਾ ਬਾਜਵਾਂ ਵਾਲਾ ਸੁੱਖਾ ਬਾਜਵਾਂ ਕਬੱਡੀ ਪਾ ਰਿਹਾ ਜਿਹੜੇ ਆਪਣੇ ਦੌਲੇ ਦੇ ਕਬੱਡੀ ਲਿਖਾਇਆ ਹੋਇਆ ਕੱਕਾ ਬੱਦੇ ਨੂੰ ਅੱਜ ਡੱਡੇ ਵਿਚਾਰੀ ਕਬੱਡੀ ਤਾਂ ਬਾਈ ਹੋ ਰੇਟ ਉਧਰ ਚਾਰ ਅੱਧੀ ਕੀਪਾ ਨਾਲ ਖਾਣੇ ਵਾਲਾ ਤਾਂ ਬਾਈ ਹੋ ਰੇਟ ਦੇ ਉੱਪਰ ਵੇਖਾਂਗੇ ਵੀ ਆਹ ਦੋ ਭਰਾ ਕਬੱਡੀ ਖੇਡ ਰਹੇ ਹੈ ਧਰਤੀ ਵਾਲੇ ਤਾਂ ਬਾਈ ਹੋ ਰੇਟ ਦੇ ਨੰਬਰ ਇਹਦੇ ਆਏ ਹੈ ਕਿ ਮਾਝੇ ਵਰਗਾ ਸਰਦਾਰ ਨਹੀਂ ਕੋਈ ਤੇ ਦੁਆਬੇ ਵਰਗਾ ਨਹੀਂ ਕੋਈ ਸਿਆਣਾ ਲੀਡਰ ਨਹੀਂ ਕੋਈ ਮਾਝੇ
ਵਰਗਾ ਪੰਜਾਬ ਚ ਨਹੀਂ ਕੋਈ ਟਕਾਰਾ। ਦੇਖੀ ਕਰ ਬੰਦਿਆ ਇੱਥੇ ਬਾਹਰ ਬਾਹਰ ਨਹੀਂ ਆਣਾ, ਦੇਖੀ ਕਰ ਬੰਦਿਆ ਆਹ ਗੰਦਾ ਕਹਿੰਦੇ ਸਾਹਮਣੇ ਸਾਈਕਲ ਵਾਲੀ ਆ, ਜੇਸਣ ਦੇ ਬਿੰਦਰ ਨੇ ਜੇਸਣ ਨੇ ਦੱਸਿਆ ਜੇਸਣ ਨੇ ਬੰਗੂ ਨੇ ਕਬੱਡੀ ਖੇਡੀ ਆ, ਸਿੰਘ ਭੂਰਾ ਪੰਗੀਆਂ ਵਾਲਾ ਕਬੱਡੀ ਪਾ ਰਿਹਾ। ਫਿਰ ਮੈਦਾਨ ਦੇ ਵਿੱਚ ਕਈ ਬੋਲਦੇ ਹੋਣਗੇ ਬੱਗੇ ਪਿੰਡ ਹੈ ਕਿੱਥੇ, ਬੱਗੇ ਪਿੰਡ ਸ਼ਾਹਕੋਟ ਤੋਂ ਪਰਗੀਆਂ ਰੋਡ ਦੇ ਉੱਪਰ ਪਿੰਡ ਹੈ, ਸ਼ਾਹਕੋਟ ਤੋਂ 4 ਕਿਲੋਮੀਟਰ ਦੂਰੀ ਦੇ ਚੜ੍ਹਦੇ ਪਾਸੇ ਜੇਸਣ ਦੇ ਮੰਨੇ ਵਰਗੇ ਕਬੱਡੀ ਖੇਡਦੇ ਆ। ਮੰਗੀ ਭਾ ਆ ਗਿਆ ਜੀਵਨ ਫਿਰ ਮੈਦਾਨ ਦੇ ਵਿੱਚ, ਕਬੱਡੀ ਪੈ ਚੁੱਕੀ ਹੈ ਦੋਸਤੋ, ਜੀਵਨ ਤੇ ਵੀ ਲੱਭਣੀ ਮੇਹਰ ਹੈ। ਔਰ ਸਾਹਮਣੇ ਅਗਲੀ ਕਬੱਡੀ ਫਿਰ ਸਰਕੋਡਰ ਦੀ ਟੀਮ ਵੱਲੋਂ ਪੈ ਚੁੱਕੀ ਹੈ। ਅਗਲਾ ਮੈਚ ਪੱਟੋ ਹੀਰਾ ਸਿੰਘ ਤੇ ਫਗਵਾੜਾ, ਦੋਨਾਂ ਟੀਮਾਂ ਬੇਨਤੀ ਟੀਮਾਂ ਜਾਂਦੀਆਂ ਹੋਗੀਆਂ। ਔਰ ਆਹ ਪੰਜਾਬੀ ਦਾ ਕਹਿੰਦੇ ਵੀ ਸੋਨੇ ਦਾ ਕਹਿੰਦੇ ਵੀ ਅਮਰਿੰਦਰ ਸ਼ਰਮਾ ਨੇ ਤੇ ਗੀਤ ਵਿੱਚ ਗਾਇਆ ਹੈ ਕਿ ਘੁੰਮਣ ਧਮਾਲ ਨੂੰ ਤਾਂ ਥਾਰ ਰੱਖੀ ਆ, ਆਪਾਂ ਬੁਲਟ ਰੱਖਿਆ ਪਟਾਕੇ ਪਾਉਣ ਨੂੰ, ਪਰ ਪਟਾਕੇ ਅਸਲੀ ਅੱਜ ਪਰਮਜੀਤਪੁਰ ਵਿੱਚ ਪੈ ਰਹੇ ਹੈ, ਠੰਡਾ ਫਿਰਕਣਾ ਫਾਈਨਲ ਮੈਚ ਵਿੱਚ ਬਹੁਤ ਸੋਹਣੀ ਕੋਰਸ ਵਾਲਾ ਕਬੱਡੀ ਪਾ ਰਿਹਾ ਹੈ। ਤੇ ਨੰਬਰ ਹਮੇਸ਼ਾ ਕਬੱਡੀਆਂ ਦੀ ਟੀਮ ਆ ਜੋ 80 ਧੌੜਾਂ ਦੌੜੀਆਂ, 3 ਹਾਰੀਆਂ ਤੇ 77 ਜਿੱਤੀਆਂ ਤੇ ਉਡਰੇ ਸਰਦਾਰ ਦਾ ਮਾਣ ਹੋਇਆ ਮੇਰਦਾ ਸਿੰਘ ਨੂੰ। ਆਹ ਮੁੰਡਾ ਵੀ ਕਿਸੇ ਨੂੰ ਘੱਟ ਨਹੀਂ, ਤਾਂ ਪਈ ਹੋਰ ਰੇ ਜੋਗਨ ਚੁੱਲ੍ਹੇ ਵਾਲਾ, ਦੂਸਰੇ ਪਾਸੇ ਖਾਰੇ ਵਾਲਾ ਪਈ ਹੋਰ ਰੇ ਸਵਾਲ ਹੋ ਗਈਆਂ। ਸਾਡੇ ਰਾਜ ਮੈਂ ਸਰਦਰਸ਼ਨ ਸਿੰਘ ਜੀ, ਸ਼ੇਰ ਸਿੰਘ ਜੀ ਸ਼ੇਰਾ, ਸਰਦਾਰ ਸਿੰਘ ਜੀ ਲਾਡੀ, ਰਾਜਾ ਜੀ ਕਾਮਰੇਡ, ਰਵਿੰਦਰ ਸਿੰਘ ਜੀ ਲਾਡੀ ਸ਼ਾਹ ਜੀ, ਕਸ਼ਮੀਰ ਸਿੰਘ ਜੀ, ਕੁਲਵੀਰ ਸਿੰਘ ਜੀ ਸਾਬਕਾ ਪ੍ਰਧਾਨ, ਨਰਮ ਸਿੰਘ ਜੀ ਆਦਿ ਆਇਆ। ਰੱਬ ਦੀ ਕਿਰਪਾ ਹੈ, ਜੇ ਰੱਬ ਦੀ ਕਿਰਪਾ ਨਾ ਹੋਵੇ ਤੇ ਕਬੱਡੀ ਨਹੀਂ ਖੇਡ ਸਕਦਾ। ਦੇਖੋ ਮਸਾਂ 55-60 ਕਿਲੋ ਭਾਰਾ ਮੁੰਡਾ, ਉਹ ਪ੍ਰਾਈਮਰੀ ਨੰਬਰ ਫਿਰ ਆਪਣੀ ਟੀਮ ਵਿੱਚ ਜਾਰੀ ਹੋਰ ਲੱਭਦਾ। ਇਹਦੇ ਨਵੇਂ ਜੋੜ ਉਹ ਸਾਹਮਣੇ ਬਲਰਾਮ ਸਿੰਘ ਭੂਰਾ ਕਬੱਡੀ ਪਾ ਰਿਹਾ, ਬੰਗਿਆਂ ਵਾਲਾ ਕਬੱਡੀ ਪਾ ਰਿਹਾ। ਫਿਰ ਦੇ ਮੈਦਾਨ ਦੇ ਵਿੱਚ ਉਧਰ ਖਾਲਸਾ ਪਹੁੰਚੇ ਹੋਏ ਧੰਨਵਾਦ, ਤਾਂ ਖਾਲਸਾ ਦੇ ਕੋਲ ਸਾਹਮਣੇ ਪਟਾਕੇ ਪੈ ਗਏ ਹੋਇਆਂ ਦੇ ਫਿਰ ਮੈਦਾਨਾਂ ਦੇ ਵਿੱਚ। ਤੇ ਨੰਬਰ 3 ਮਾਰਚ ਤਲਵੰਡੀ ਦੇ ਕਬੱਡੀ ਟੂਰਨਾਮੈਂਟ ਦੀ ਹੈ, ਆਪ ਨੂੰ ਸੱਦੇ ਨੇ। 1 ਮਾਰਚ ਗਿੱਦੜਪਿੰਡੀ ਦੇ ਕਬੱਡੀ ਟੂਰਨਾਮੈਂਟ ਦੀ ਹੈ, ਆਪ ਨੂੰ ਸੱਦੇ ਨੇ। 1 ਤੇ 2 ਮਾਰਚ ਅਨੰਦਪੁਰ ਦੇ ਚੈਂਪੀਅਨਸ਼ਿਪ ਦੇ ਅਧਿਕਾਰ ਆਪ ਨੂੰ ਸੱਦੇ ਨੇ, ਔਰ ਚਿੰਦਰ ਸਿੰਘਣਾ ਵਾਲਾ ਤੇ ਉਧਰ ਸੋਨੀ ਕੋ। ਕਿੰਨੇ ਵੱਜ ਕੇ ਕਿੰਨੇ ਮਿੰਟੇ ਫਾਈਨਲ ਮੈਚ ਸ਼ੁਰੂ ਹੋਵੇਗਾ, ਫਿਰ ਕਿੰਨੇ ਵੱਜ ਕੇ ਕਿੰਨੇ ਮਿੰਟੇ ਮੈਚ ਸਮਾਪਤ ਹੋਵੇਗਾ, ਫਿਰ ਕਿੰਨੇ ਵੱਜ ਕੇ ਕਿੰਨੇ ਮਿੰਟੇ ਗੱਲ ਕਲੀਅਰ ਹੋਵੇਗੀ ਕਿ 10 ਲੀਟਰ ਕਿਹੜਾ ਤੇ 10 ਜਾਫੀ ਕਿਹੜਾ, ਆਪਾਂ ਡਿਸਕਸ਼ਨ ਕਰਾਂਗੇ। ਇੱਥੇ 26 ਟੀਮ ਨੂੰ ਵੱਡਾ ਕਬੱਡੀ ਕੱਪ ਹੋਇਆ ਤੇ ਗਗਨ ਜੋਗੇਰਾ ਦਾ ਜੋ ਬਸ ਲੈਂਟਰ ਬਣਿਆ ਤੇ 2 ਕਰੋੜ ਦੀ ਪੰਜਾਬੀ ਬਣਿਆ, ਉਹ ਟੀਮ ਸਾਡੇ ਕੋਲ ਪਹੁੰਚ ਚੁੱਕੀ ਹੈ। ਪੱਤੋ ਹੀਰ ਸਿੰਘ ਦੀ ਟੀਮ ਬੇਨਤੀ ਹੈ ਕੋਈ ਵਿੱਚ ਮੈਦਾਨ ਦੇ ਆਵੇ, ਤਾਂ ਇੱਧਰ ਕਬੱਡੀ ਪੈ ਚੁੱਕੀ ਖੇਡ ਮੈਦਾਨ ਦੇ ਵਿੱਚ 2 ਨੰਬਰ ਤੋਂ। ਆਹ ਸਾਹਮਣੇ ਸੈਂਟਰ ਹੋਏ ਕਿ ਕਿੱਦਾਂ ਸਹੀ ਕਰਦਾ ਪਰ ਨੰਬਰ 1 ਦਾ ਰਾਜੂ ਦੀ ਜੋੜੀ ਕਹਿੰਦੇ ਬੜੀ ਮਸ਼ਹੂਰ ਹੈ, ਰਾਜੂ ਤੇ ਮਨਜੋਤ ਵੀ ਆ ਗਿਆ, ਗੋਗੋਆ ਰੋਟੀ ਵੀ ਆਵੇਗਾ, ਨਾਲ ਕਿਤੇ ਜੋਗੇ ਦਾ ਗਗਨ ਵੀ ਆਵੇਗਾ, ਨਹੀਂ ਲੱਭ ਘਿਆਲ ਵੀ ਆਵੇਗਾ, ਗੱਲਾਂ ਭੱਟੀਆਂ ਹੋਣਗੀਆਂ। ਰਾਮ ਸਿੰਘ ਘੂੜੇ ਦੀ ਪੱਗਿਆ ਵਾਲੇ ਦੀ ਉਧਰ ਖਾਰੇ ਵਾਲਾ ਬੱਲੇ 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 ਵਿੱਚ ਕਾਲਾ ਦਾ ਪਾਣੀ ਦੋਨਾਂ ਚੜਾ ਲਓ, ਪਾਣੀ ਦਾ ਛਿੜਕਾਅ ਹੋਵੇਗਾ। ਉਧਰ ਕਹਿੰਦੇ ਵੀ ਜੱਟ ਗਲੀ ਤਰਖਾਣਾ ਵਾਲਾ ਵੀ ਆ ਗਿਆ ਫਿਰ ਮੈਦਾਨ ਦੇ ਦੱਸੀ ਮੇਰੀ ਵੀਰ, ਦੋਨਾਂ ਟੀਮਾਂ ਦੇ ਨੰਬਰ ਕਿੰਨੇ ਕਿੰਨੇ ਹੈ ਇਸ ਪਹਿਲੀ ਸੈਮੀਨਾਰ ਦੇ ਵਿੱਚ। 24 ਨੰਬਰ ਨੇ ਅਮਿਸ਼ਾ ਦੇ ਤੇ NRI ਕਬੱਡੀ ਦਾ ਉਧਰ ਦੇ ਨੰਬਰ ਨੇ 34 ਦੇ ਮੁਕਾਬਲੇ 34.5 ਨੰਬਰ ਲੈ ਕੇ ਟੀਮ ਖੇਡ ਰਹੀ ਹੈ। ਰਵੀ ਮੇਰੀ ਬੇਨਤੀ ਹੈ, ਪਹਿਲਾ ਨਾਂ ਹੈ ਰਾਜਵੀਰ ਮਾਨਕ, ਕੁਲਵੀਰ ਸਿੰਘ ਦੀ ਨਾਲਾ ਗੁਰਨਾਲ ਸਿੰਘ ਦੀ ਗੱਲ ਹੈ। ਇਹ ਹੈ ਸੁੱਖਾ ਪੰਡਾਲ ਦੀ ਧਰਤੀ ਦਾ ਵੀਰ, ਸੁੱਖਾ ਪੰਡਾਲ ਦੇ ਬਸ ਥੋੜੀ ਕੋਸ਼ਿਸ਼ ਕੀਤੀ ਹੈ। ਔਰ ਦੂਜੇ ਪਾਸੇ ਪੱਤੂ ਹੀਰਾ ਸਿੰਘ ਦੀ ਅਕੈਡਮੀ ਦੇ ਅੱਗੇ ਮੈਚ ਦੇ ਰੇਡ ਪਾਉਣ ਜਾ ਰਿਹਾ ਹੈ। ਸਰਦਾਰ ਅਮਰੀਕ ਸਿੰਘ ਦਾ ਪੁੱਤਰ ਖੈਰਾ ਪਰਿਵਾਰ ਦਾ ਇੰਦਗੜ ਦੀ ਧਰਤੀ ਦਾ ਨਿੰਦਰ ਹੈ ਕਿ ਪਿਆਰ ਮਿਲਦੇ ਵੱਡਿਆਂ ਭਾਈਆਂ ਦਾ ਮੁੱਲ ਲੈ ਦੇ ਮਿਹਨਤਾਂ ਲਾਈਆਂ ਦਾ ਇਹ ਕਿਤੇ ਪੱਲੇ ਪੱਲੇ ਹੋ ਜਾਵੇ, ਸਮਾਂ ਸਾਡੇ ਲਈ ਖਲੋ ਜਾਵੇ।
ਝੋਲੀ ਲੱਭ ਤੇ ਅੱਗੇ ਅੱਡਾਂਗੇ। ਰਾਜੂ ਸਿੰਘ ਸਰਦਾਰ ਗੱਭਰੂ ਕਬੱਡੀ ਪਾਉਂਦਾ ਹੈ। ਦੇਖੋ ਨਾਂ ਨੇ ਕੋਈ ਸ਼ੇਰ ਪੈਦਾ ਕੀਤਾ ਮੇਰੇ ਵੀਰੋ, ਹੈ ਕਿਸੇ ਦੇ ਜੁਰਤ ਖਾਲਸੇ ਨਾਲ ਪੰਗਾ ਲਵੇ। ਇਹ ਆ ਡੱਗੋ ਵਾਲਾ ਸ਼ਰਮਾ ਕਹਿੰਦਾ ਚੱਫਾ ਲਾਉਣਾ, ਹੋਰ ਆਪਾਂ ਕੀ ਕਰਨਾ। ਬਾਲ ਸੱਜਣਾ ਯਾਰ ਯਾਰ, ਬਾਲ ਸੱਜਣਾ ਇਹ ਪਿਆਰ ਹੈ ਕਿ ਹੱਸਣਾ ਤਾਂ ਸਾਡੀ ਆਦਤ ਸੀ, ਤੁਸੀਂ ਗਲਤ ਅੰਦਾਜ਼ਾ ਲਾ ਬੈਠੇ। ਕੋਈ ਅਸੀਂ ਹੱਸਦੇ ਵਸਦੇ ਵੱਧਦੇ ਗਏ ਤੇ ਧਨੌਲੇ ਵਾਲਿਆ ਤੁਸੀਂ ਦਿਲ ਦਾ ਚੈਨ ਗਵਾ ਬੈਠੇ। ਬਾਈ ਜਗਤਾਰ ਧਨੌਲੇ ਵਾਲਾ ਯਾਰਾਂ ਦਾ ਯਾਰ ਹੈ। ਇਹ ਹੈ ਮੇਰੇ ਵੀਰੋ ਸਾਡਾ ਵੀਰ ਲਾਓ ਕਰੀਏ। ਕਹਿੰਦੇ ਰਵੀ ਜੋਰੇ ਵਾਲਾ ਹਰਿਆਣੇ ਵਾਲਾ ਰੇਡ ਪਾ ਰਿਹਾ ਹੈ। ਰਵੀ ਦੀ ਕਬੱਡੀ ਭੈਰੇ, ਇੱਕ ਪਾਸੇ ਕਹਿੰਦੇ ਨੰਨਾ ਬਘਿਆੜ ਜੱਟੀ ਕਲਸੀਆਂ ਦੀ ਧਰਤੀ ਦਾ, ਪਰ ਜਗਤਾਰ ਧਨੌਲੇ ਵਾਲੇ ਦਾ ਕੀ ਇਸ਼ਾਰਾ ਹੈ। ਵੀ ਪੁਆਇੰਟ ਰਵੀ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ। ਹਰਜੀਤ ਫਰੈਂਡ ਕਬੱਡੀ ਗੜਵਾ ਕਬੱਡੀ ਕਲੱਬ ਫੁਗਵਾੜਾ ਦੀ, ਜਤਿੰਦਰ ਬਿਲਗਾ ਜੀ ਯੂਕੇ ਵਾਲੇ ਹੈ, ਸਪੌਂਸਰਾਂ ਦੇ ਵਿੱਚ ਨਾ ਹੈ ਸੁੱਖੇ ਟੋਟਲੇ ਯੂਐਸਏ ਵਾਲੇ ਦਾ, ਕਰਮਜੀਤ ਸਿੰਘ ਔਜਲੇ ਦਾ, ਗਰੀਬ ਪੰਡਾਲ ਦਾ ਮੇਰੇ ਵੀਰੇ, ਜਸਪਾਲ ਪੰਡਾਲ ਦੋਨੇ ਵਾਲੇ ਦਾ, ਲੱਖਾ ਨਿਊਜ਼ੀਲੈਂਡ ਵਾਲਾ, ਮਨਦੀਪ ਨਿਊਜ਼ੀਲੈਂਡ ਵਾਲਾ, ਇਹ ਸਪੌਂਸਰ ਟੀਮ ਮਾਰੂਕੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੇਰੇ ਵੀਰੇ। ਸ਼੍ਰੀ ਮਾਂ ਦਾ ਸ਼ੇਰ ਪੁੱਤ ਦੇਖੋ ਕਾਉਣ ਦੋ ਹੱਥ ਕਰਦਾ, ਨੀਲਾ ਪਗਿਆੜ ਮੁੱਠੀਆਂ ਤੇ ਚੁੱਕੀ ਫਿਰਦਾ, ਪਰ ਇੱਕ ਮਹੱਤਵਪੂਰਨ ਵੀ ਜ਼ਮਾਨਾ ਜਾਣਦਾ ਹੈ। ਇੱਕ ਪਾਸੇ ਨੀਲਾ ਬਗਿਆੜ ਜੋਗੇ ਵਾਲੀਆ, ਗਗਨ ਜੋਗੇ ਵਾਲੀਏ ਦਾ ਗਰਾਈ ਹੈ, ਜੋ ਤੁਹਾਡੇ ਪੱਪੂ ਇਧਰ ਗੋਆ ਦਲੇਰ ਖਾਨਪੁਰ ਵਾਲਾ ਕੋਚ ਵੀ ਪਹੁੰਚਿਆ ਹੋਇਆ ਹੈ, ਪੈਂਕੇ ਸੇਖੋ ਹੋਣੀ ਯੂਰਪ ਚ ਜੁੜੇ ਹੋਏ ਹੈ ਮੇਰੇ ਵੀਰੇ। ਸਾਹਮਣੇ ਕਬੱਡੀ ਪਾਉਂਦਾ ਹੋਇਆ ਸਾਡਾ ਵੀਰ ਹੈ ਰਾਜੂ, ਦੂਜੇ ਪਾਸੇ ਆ ਖਿਡਾਰੀ ਦੀ ਚੋਣ ਹੋ ਚੁੱਕੀ ਹੈ ਕੈਨੇਡਾ ਵਰਲਡ ਕਬੱਡੀ ਕੱਪ ਦੇ ਲਈ। ਜਲੰਧਰ ਸਿੱਧੂ ਹੋਣਾ ਨੇ ਦੱਸਿਆ ਵੀ ਦਰਬਾਰ ਹੋਣਾ ਦੇ ਕਹਿੰਦੇ ਯੋ ਦੇ ਘਸ ਦਾ ਜ਼ਿਕਰ ਹੋਵੇਗਾ, ਕਾਲਾ ਢੰਡੋਰੀ ਵਾਲੇ ਦਾ ਜ਼ਿਕਰ ਹੋਵੇਗਾ ਮੇਰੇ ਵੀਰੇ। ਅਗਲੀ ਕਬੱਡੀ ਰਵੀ ਫਿਰ ਪਾਉਣ ਦੇ ਲਈ ਵਾਧਾ ਹੋਇਆ ਮੇਰਾ ਵੀਰ, ਅੱਗੇ ਵਾਧਾ ਮੇਰੇ ਵੀਰੇ ਕਿ ਅਸੀਂ ਸਿੱਧੇ ਜੇ ਸੁਭਾਅ ਦੇ ਗੱਲ ਦਿਲ ਤੇ ਨਾ ਲਾਉਂਦੇ, ਸਾਡੀ ਉਹਨਾਂ ਨਾਲ ਯਾਰੀ ਜਿਹੜੇ ਲੱਗੀਆਂ ਨਿਭਾਉਂਦੇ, ਹੋ ਅਸੀਂ ਯੂਰੀਆ ਦੀ ਬੋਰੀ ਉੱਤੇ ਬਹਿ ਕੇ ਪੜੇ ਹੋਏ ਆ। ਤਾਹੀ ਮਿੱਤਰਾ ਤਾਹੀ ਮਿੱਤਰਾ ਮੈਦਾਨਾਂ ਵਿੱਚ ਅੜੇ ਹੋਏ ਆ, ਤਾਹੀ ਮਿੱਤਰਾ ਮੈਦਾਨਾਂ ਵਿੱਚ ਅੜੇ ਹੋਏ ਆ। ਅਗਲੀ ਰੇਡ ਮਾਰੂਪੜ ਦੇ ਚੂੜ ਸਿੰਘ ਦੇ ਪੁੱਤਰ ਦੀ ਹੈ ਮੇਰੇ ਵੀਰੋ, ਗੁਰਲਾਲ ਦੀ ਰੇਡ ਪੈਣ ਜਾ ਰਹੀ ਹੈ। ਪ੍ਰਸਿੱਧੀ ਕਬੱਡੀ ਵੀ ਕਹਿੰਦੇ ਘਨੌਰ ਪਿੰਡ ਦੇ ਨਾਲ ਮਿਲੀ ਹੈ, ਲੋ ਗੁਰਲਾਲ ਘਨੌਰ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਝੁਕਿਆ ਹੋਇਆ ਹੈ। ਚਾਰ ਨੇ ਇਹ ਜੇ ਕੰਨੀ ਦੇ ਨਿੰਬਾ ਹੈ ਕੋਰ ਸੁੱਖੀ ਵਾਲਾ, ਪਰ ਨਿੰਦੇ ਪੇੜੇ ਦੀ ਧਰਤੀ ਦਾ ਉਹ ਜਾਫੀ ਹੈ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਦੇ ਹੈ, ਪਰ ਗੁਰਲਾਲ ਨੂੰ ਵੀ ਤਜਰਬਾ ਬਹੁਤ ਵੱਡਾ। ਸਰਦਾਰ ਰੂਪ ਸਿੰਘ ਦਾ ਪੁੱਤਰ ਹੈ ਮੇਰੇ ਵੀਰੋ, ਪਰ ਕਬੱਡੀ ਵਿੱਚ ਦੁਨੀਆ ਭੀਮ ਦੇ ਨਾਂ ਦਿਆ ਜਾਂਦੀ ਹੈ। ਮਾਣੋ ਕੇ ਗਿੱਲ ਮੰਡੀ ਨਿਹਾਲ ਸਿੰਘ ਵਾਲੇ ਇਲਾਕੇ ਦਾ ਵੱਡਾ ਪਿੰਡ ਹੈ, ਜਿਹੜੇ ਇਲਾਕੇ ਨੇ ਮੱਕੜ ਸੈਦੋਕੇ ਵਰਗੇ, ਬਲਜੀਤ ਸੈਦੋਕੇ ਵਰਗੇ, ਨੀਲੇ ਵਰਗੇ ਦੁਨੀਆ ਦੇ ਚੋਟੀ ਦੇ ਖਿਡਾਰੀ ਨੂੰ ਜਿਸ ਇਲਾਕੇ ਨੇ ਜਨਮ ਦਿੱਤਾ ਹੈ ਉਹ ਇਲਾਕਾ ਹੈ ਮੇਰੇ ਵੀਰੋ। ਪਰ ਗਵਿੰਦਰ ਕਾਰਵਾ ਵਾਲਾ ਜਗਦੀਤਪੁਰੇ ਵਾਲਾ ਕਿ ਖੇਡਦਾ ਕਬੱਡੀ, ਦੇਖੋ ਪੁੱਤ ਜੱਟ ਦਾ ਹੱਥ ਲਾ ਕੇ ਆਉਂਦਾ ਯਾਰ, ਧੂੜਾ ਪੱਟਦਾ ਪੱਟਲੇ ਦੇ ਝੰਡੀ ਫਿਰ ਫੜਦਾ ਨਾ ਹੋਰ ਨੀ, ਸੋਹਣਾ ਨੀਕਾ ਜਿੰਨਾ ਬਿਲੋ ਜੱਟ ਵਿੱਚ ਜ਼ੋਰ ਨੀ। ਇਹ ਬਾਕੀ ਪੁਆਇੰਟ ਲੈ ਕੇ ਆਇਆ ਹੈ, ਇੱਕ ਪਾਸੇ ਅਰਸ਼ੀ ਹੈ ਮੇਰੇ ਵੀਰੋ, ਉਧਰ ਸਾਡੇ ਮੇਨ ਸਪੌਂਸਰ ਹੈ ਪਟੋਹੀਆ ਸਿੰਘ ਦੇ ਜੱਗਾ ਚੱਕਰ ਵਾਲਾ ਯੂਕੇ ਤੋਂ, ਉਧਰ ਨਾਲ ਹੀ ਜੱਸਾ ਟੀਮੇ ਵਾਲੇ ਸਾਡੇ ਵੀਰ ਯੂਕੇ ਵਾਲੇ, ਅਰਮਜੀਤ ਸਿੰਘ ਡਾਲਾ, ਇੰਦਰਜੀਤ ਰੰਮੇ ਤੇ ਰਵੀ ਸਾਡਾ ਵੀਰ ਰੰਮੇ ਹੈ ਕਾਕਾ ਰਣਸੀ ਵਾਲਾ। ਲਓ ਇੱਕ ਪਾਸੇ ਕਹਿੰਦੇ ਸਿੱਖ ਸਰਦਾਰ ਗੱਭਰੂ ਨੇ ਰੇਡ ਪਾ ਦਿੱਤੀ ਹੈ ਮਨਜੋਤ, ਔਰ ਦੂਜੇ ਪਾਸੇ ਕੌਣ ਹੈ, ਇਹ ਆ ਭਗਤੇ ਵਾਲਾ, ਭਗਤੇ ਵਾਲਾ ਕਹਿੰਦਾ ਸਿਰਾ ਕਰਾ ਕੇ ਛੱਡਾਂਗੇ, ਅੱਜ ਪਰਮਜੀਤਪੁਰੇ ਦੀ ਧਰਤੀ ਤੇ ਆਏ ਹੈ। ਤੇ ਮੁੰਡਾ ਕਹਿੰਦਾ ਹੱਥ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ, ਜੇ ਜੱਫਾ ਲਾ ਗਿਆ ਪਰ ਸਾਡਾ ਵੀ ਕੀ ਹਾਲ ਹੈ। ਲਓ ਸੋਹਣੇ ਮੈਚ ਖੇਡੇ ਜਾ ਰਹੇ ਹੈ, ਉਧਰ ਸੂਰਤ ਸਿੰਘ ਸਾਡੇ ਕੋਆਪਰੇਟ ਸੁਸਾਇਟੀ ਦੇ ਵੀ ਪ੍ਰਧਾਨ ਨੇ, ਇੱਧਰ ਸਾਡੇ ਵਾਇਸ ਪ੍ਰਧਾਨ ਨੇ ਗੁਰਮੇਲ ਸਿੰਘ ਜੀ, ਸੀਨੀਅਰ ਮੀਤ ਪ੍ਰਧਾਨ ਨੇ ਮਨਜੀਤ ਸਿੰਘ ਰਾਜਾ, ਸੈਕਟਰੀ ਕੁਲਵੰਤ ਸਿੰਘ ਢੰਜੂ ਸਾਡਾ ਵੀਰ, ਔਰ ਨਾਲ ਹੀ ਮੇਰੀ ਵੀਰੋ ਮਾਸਟਰ ਰਾਜਾ, ਤੇ ਪ੍ਰਚਾਰ ਸੈਕਟਰੀ ਹੈ ਜਰਨੈਲ ਸਿੰਘ ਲਾਡੀ, ਖਜ਼ਾਨਚੀ ਰਾਮ ਸਿੰਘ ਆਰਤੀਆ। ਹਾਂਜੀ ਫੋਟੋਗ੍ਰਾਫਰ ਨੂੰ ਬੇਨਤੀ ਆ ਕਿਰਪਾ ਕਰਕੇ ਸਟੇਜ ਦੇ ਲਾ ਕੇ ਫੋਟੋਗ੍ਰਾਫਰ ਮੇਰੇ ਵੀਰ ਨੂੰ ਜਲਦੀ ਤੋਂ ਜਲਦੀ ਸਟੇਜ ਤੇ ਪਹੁੰਚੇ। ਆਮ ਸਮੇਂ ਤੱਕ ਦੇ ਜਿਹੜੇ ਅੰਕ ਨੇ
हरजीत फ्रंट कबड्डी करने पातो हीरा सिंह की टीम के 13.5 ते फगवाड़े की टीम के अंक ने 21। फगवाड़े की टीम छक्के वाले पासे ते दूसरे पासे पातो हीरा सिंह आप समय तो बाद ही खेल जारी शुरू होगी। दुनिया फटी गेंदी ने अज कबड्डी कपो देख लिया है ते कोल वाले वाला कितने नु लग के तो जान खड़े पैंदे ने तूफान लत्तां विच भर के जित गया मेरे वीर पंजाब साइड हरजीत फैल गुलाब पत्तो हीरा सिंह सपंत्रा बंदो है साडे केंद्र जीत कल साडे बाकी प्यारे वीर ने